जगबाणी अखबार जां जिहड़े हिंद समाचार प्रकाशन समूह सीगा 1947 तो पहला भी दसदे आ कि पाकिस्तान बनन वेले लाहौर दे विच इस सोच वालिया ने उत्थे जो कंधर कड़ी घोली उहदे नतीजे वजों फिरकू जिहड़ा माहौल सीगा उह बणिया। हो सकदा जिहड़ा खून खराबा इन्ना ज्यादा ना हुंदा जेकर इस बिरती वाले 1947 तो पहला ਬੰਦਿਆਂ ਵਾਂਗੂ ਆਪਦਾ ਫਰਜ਼ ਨਿਭਾਉਂਦੇ ਅੱਗ ਨਾਲੋਂ। ਅਕਾਲ ਤਖ਼ਤ ਸਾਹਿਬ ਦੇ ਉਸ ਵੇਲੇ ਦੇ ਜਿਹੜੇ ਜਥੇਦਾਰ ਸੀ ਗਿਆਨੀ ਗੁਰਦਿਆਲ ਅਜਨੋਹਾ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਉਸ ਟਾਈਮ ਪ੍ਰਧਾਨ ਸੀਗੇ ਜਥੇਦਾਰ ਗੁਰਚਰਨ ਸਿੰਘ ਟੌੜਾ, ਜਦੋਂ ਅਜਨੋਹਾ ਸਾਹਿਬ ਤੇ ਟੌੜਾ ਸਾਹਿਬ ਕਿਸੇ ਵਿਦੇਸ਼ਾਂ ਦੀ ਇੱਕ ਫੇਰੀ ਉੱਤੇ ਵਿਦੇਸ਼ੀ ਸਿੱਖਾਂ ਦੇ ਕਹਿਣ ਤੇ ਜਦੋਂ ਗਏ ਤਾਂ ਉਹਨਾਂ ਦੇ ਖਿਲਾਫ਼ ਇੱਕ ਲੰਮੀ ਲੇਖ ਲੜੀ ਜਗਬਾਣੀ ਦੇ ਵਿੱਚ ਲਿਖੀ, ਜਿਹਦਾ ਮੂਲ ਭਾਵ ਇਹੀ ਸੀਗਾ ਕਿ ਵੱਧ ਤੋਂ ਵੱਧ ਬਦਨਾਮੀ ਦਿੱਤੀ ਜਾਵੇ, ਵੱਧ ਤੋਂ ਵੱਧ ਇਹਨਾਂ ਦੇ ਖਿਲਾਫ਼ ਲਿਖ ਕੇ ਸਿੱਖਾਂ ਨੂੰ ਬੇਅਦਬ ਬੇਇੱਜ਼ਤ ਕੀਤਾ ਜਾਵੇ। ਕਿ ਜਦੋਂ ਨਰਕਧਾਰੀਆਂ ਨਾਲ ਸਿੱਖਾਂ ਦਾ ਕਲੈਸ਼ ਬਣਿਆ ਤਾਂ ਸਿੱਖਾਂ ਨੂੰ ਖਲਨਾਇਕ ਤੇ ਨਰਕਧਾਰੀਆਂ ਨੂੰ ਨਾਇਕ ਦਰਸਾਉਣ ਵਾਲੀ ਜਿਹੜੀ ਸਾਰੀ ਚੱਲੀ ਆ ਰਿਪੋਰਟਿੰਗ ਉਹ ਵੀ ਇਹਨਾਂ ਨੇ ਕੀਤੀ। ਇਹ ਜਗਬਾਣੀ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਇੱਕ ਡਾਟਾ ਜਿਹਾ ਬਣਾ ਕੇ ਛਾਪਣਾ, ਲਿਸਟ ਜੀ ਛਾਪਣੀ ਕਿ ਆਹ ਦੇਖੋ ਜੀ ਇੰਨੇ ਮੋਟਰਸਾਈਕਲ ਖੋਲੇ, ਇੰਨੀਆਂ ਕਾਰਾਂ ਖੋਲੀਆਂ, ਆਹ ਜੀ ਲੁੱਟਾਂ ਖੋਹਾਂ, ਆਹ ਜੀ ਇਹ ਸਾਰੀਆਂ ਜੀ ਵੀ ਦਰਬਾਰ ਸਾਹਿਬ ਚੋਂ ਇਹ ਲੋਕ ਨਿਕਲ ਗਏ ਆ ਤੇ ਇਹ ਥਾਂ ਥਾਂ ਤੇ ਜਾ ਕੇ ਇਹੋ ਜਿਹੀਆਂ ਖਤਰਨਾਕ ਵਾਰਦਾਤਾਂ ਕਰਦੇ ਆ ਤੇ ਇਹ ਸਾਰੇ ਸੰਤ ਭਿੰਡਰਾਂ ਵਾਲਿਆਂ ਦੇ ਬੰਦੇ। ਜਸਪਾਲ ਸਿੰਘ ਸਿੱਧੂ ਦੀ ਜੇ ਗੱਲ ਕਰੀਏ ਤਾਂ ਉਹ ਜਦੋਂ ਇੱਥੇ ਕੰਮ ਕਰਦੇ ਸੀਗੇ ਉਹਨਾਂ ਨੇ ਇਹ ਗੱਲ ਕਹੀ ਵੀ ਟੈਰੋਰਿਸਟ ਅੱਖਰ ਜਿਹੜਾ ਸੀ ਅੱਤਵਾਦੀ ਜਾਂ ਵੱਖਵਾਦੀ ਅੱਖਰ ਇਹ ਜਾਣ ਬੁੱਝ ਕੇ ਰੇਤ ਦੇ ਮੂਹਰੇ ਲਾਉਣ ਦੀ ਵੀ ਅੱਤਵਾਦੀ ਫਲਾਨਾ ਫੜਿਆ ਗਿਆ, ਇਹ ਇੱਕ ਉੱਪਰੋਂ ਆਰਡਰ ਆਏ ਜਾਂ ਕਿਵੇਂ ਗੱਲ ਚੱਲੀ ਵੀ ਇਹ ਬਦਨਾਮ ਕਰਨ ਵਾਲਾ ਇੱਕ ਅਲੰਕਾਰ ਪੂਰੇ ਉਹਨਾਂ ਦੇ ਨਾਂ ਦੇ ਲਾਇਆ ਜਾਣ ਲੱਗਿਆ। ਜਿਹੜਾ ਪੰਜਾਬ ਤੋਂ ਬਾਹਰ ਬੈਠਾ ਬੰਦਾ ਸੀ ਉਹਨੂੰ ਇਉਂ ਲੱਗਣ ਲਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਤਾਂ ਸਿੱਖਾਂ ਦੇ ਨੌਜਵਾਨ ਜਿਹੜੇ ਬੱਚੇ ਨੇ ਮੁੰਡੇ ਨੇ ਉਹ ਹਿੰਦੂਆਂ ਦਾ ਬੜਾਂਗਾ ਕਰੀ ਜਾਂਦੇ ਨੇ, ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਬੇਪੱਤ ਕਰ ਰਹੇ ਨੇ। ਤੇ ਬੂਟਾ ਸਿੰਘ ਬੜਾ ਪਿੰਡ ਸ਼ਾਇਦ ਉਹਦਾ ਨਾਂ ਬੜਾ ਪਿੰਡ ਬੂਟਾ ਸਿੰਘ, ਉਹਨੇ ਇੱਕ ਰਿਸਰਚ PhD ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਰਾਈਜ ਐਂਡ ਫਾਲ ਆਫ ਖਾਲਿਸਤਾਨ ਮੂਵਮੈਂਟ। ਤੇ ਮੈਂ ਦੇਖਣ ਸਾਰੀ ਰਾਈਜ ਐਂਡ ਫਾਲ ਆਫ ਖਾਲਿਸਤਾਨ ਮੂਵਮੈਂਟ ਕਿਤਾਬ ਜਿਹੜੀ ਸੀ ਉਹ ਖਰੀਦੀ ਤੇ ਛੇਤੀ ਦੇਣੇ ਆਦਤ ਆ ਜਿਹਨੇ ਵੀ ਇੱਕਦਮ ਪੜ੍ਹਨੀ ਸ਼ੁਰੂ ਕੀਤੀ। ਉਹ ਕਿਤਾਬ ਸਾਰੀ ਦੀ ਸਾਰੀ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਵਾਲੀਆਂ ਜਿਹੜੀਆਂ ਗੱਲਾਂ ਸੀ ਉਹਦੇ ਨਾਲ ਭਰੀ ਪਈ। ਉਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਸਿੱਖ ਜਥੇਬੰਦੀਆਂ ਨੂੰ, ਸਿੱਖ ਸ਼ਖਸੀਅਤਾਂ ਨੂੰ, ਸਿੱਖ ਨਿਸ਼ਾਨੇ ਨੂੰ, ਸਿੱਖਾਂ ਦੇ ਵਰਕਿੰਗ ਸਟਾਈਲ ਨੂੰ, ਹਰ ਚੀਜ਼ ਨੂੰ ਟਾਰਗੇਟ ਕਰਕੇ ਪੂਰਾ ਗਲਤ ਲਿਖਿਆ ਸੀ। ਇਹੋ ਜਿਹੀਆਂ ਲਿਖਤਾਂ ਅੱਜ ਕਿਤਾਬਾਂ ਦੇ ਰੂਪ ਚ ਬੜੀਆਂ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸਿੱਖਿਆ ਨੂੰ ਉਸ ਸੰਘਰਸ਼ ਨੂੰ ਬਦਨਾਮ ਕਰਨ ਦਾ ਹੈ ਜਿਹੜਾ ਉਹ ਕੰਮ ਚੱਲ ਰਿਹਾ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਸੰਦਰਭ ਵਿੱਚ ਜਦੋਂ ਚਰਚਾ ਛਿੜਦੀ ਹੈ ਤਾਂ ਇੱਕ ਬੜਾ ਅਹਿਮ ਨੁਕਤਾ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ ਕਿ ਲੋਕ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਸੱਚ ਮੰਨੀ ਫਿਰਦੇ ਆ ਜਿਹੜੀਆਂ ਹੈ ਝੂਠੀਆਂ ਸੀ। ਉਹਨਾਂ ਸਾਰੀਆਂ ਗੱਲਾਂ ਉੱਤੇ ਚਰਚਾ ਕਰਨ ਤੋਂ ਪਹਿਲਾਂ ਆਪਾਂ ਇਸ ਪਾਸੇ ਨੂੰ ਆਈਏ ਕਿ ਇਹ ਗੱਲਾਂ ਕਿਵੇਂ ਉਹਨਾਂ ਕੋਲ ਪਹੁੰਚੀਆਂ ਜਾਂ ਕਿਹਨੇ ਪਹੁੰਚਾਈਆਂ। ਤਾਂ ਮੋਟੇ ਤੌਰ ਦੇ ਉੱਤੇ ਥਾਹ ਦੇਣੇ ਇੱਕੋ ਇੱਕ ਗੱਲ ਦਿਮਾਗ 'ਚ ਆਉਂਦੀ ਆ ਕਿ ਜਗਬਾਣੀ ਵਾਲੇ ਲਾਲਿਆਂ ਦਾ ਕੰਮ। ਜਗਬਾਣੀ ਅਖਬਾਰ ਜਾਂ ਜਿਹੜੇ ਹਿੰਦ ਸਮਾਚਾਰ ਪ੍ਰਕਾਸ਼ਨ ਸਮੂਹ ਸੀਗਾ 1947 ਤੋਂ ਪਹਿਲਾਂ ਵੀ ਦੱਸਦੇ ਆ ਕਿ ਪਾਕਿਸਤਾਨ ਬਣਨ ਵੇਲੇ ਲਾਹੌਰ ਦੇ ਵਿੱਚ ਇਸ ਸੋਚ ਵਾਲਿਆਂ ਨੇ ਉੱਥੇ ਜੋ ਕੰਧਰ ਕੜੀ ਘੋਲੀ ਉਹਦੇ ਨਤੀਜੇ ਵਜੋਂ ਫਿਰਕੂ ਜਿਹੜਾ ਮਾਹੌਲ ਸੀਗਾ ਉਹ ਬਣਿਆ, ਆਪਸ ਵਿੱਚ ਤਣਾਅ ਵਧਿਆ, ਕਤਲੋਗਾਰਦ ਹੋਈ ਤੇ ਹੋ ਸਕਦਾ ਜਿਹੜਾ ਖੂਨ ਖਰਾਬਾ ਇੰਨਾ ਜ਼ਿਆਦਾ ਨਾ ਹੁੰਦਾ ਜੇਕਰ ਇਸ ਬਿਰਤੀ ਵਾਲੇ 1947 ਤੋਂ ਪਹਿਲਾਂ ਬੰਦਿਆਂ ਵਾਂਗੂ ਆਪਦਾ ਫਰਜ਼ ਨਿਭਾਉਂਦੇ ਅੱਗ ਨਾ ਲਾਉਂਦੇ। ਪਰ ਉਹ ਚੀਜ਼ ਜਿਹੜੀ ਸੀ ਸਾਨੂੰ ਉਹਦਾ ਤਾਂ ਜ਼ਿਆਦਾ ਨਹੀਂ ਇਲਮ ਹੋ ਸਕਦਾ ਸਭ ਤੋਂ ਪਹਿਲਾਂ ਦੀਆਂ ਗੱਲਾਂ,
ਪਰ ਆਹ ਜਿਹੜਾ ਹੁਣ ਸਾਰਾ ਬੀਤ ਕੇ ਬੀਤਿਆ ਜਾਂ ਬੀਤ ਰਿਹਾ ਦੌਰ ਆ, ਇਹਦੇ ਬਾਰੇ ਜੇ ਗੱਲ ਕਰੀਏ ਤਾਂ ਅੱਜ ਪਤਾ ਨੀ ਕਿਉਂ ਲੋਕਾਂ ਨੂੰ ਇਹ ਗੱਲ ਸੱਚ ਮੰਨਣ ਤੋਂ ਅੱਜ ਵੀ ਤਕਲੀਫ ਆ। ਪਰ ਹਕੀਕਤ ਇਹੀ ਹੈ ਕਿ ਜੂਨ 1984 ਜਾਂ ਬਾਅਦ ਵਿੱਚ ਜੋ ਪੰਜਾਬ ਦਾ ਕਾਂਡ ਹੋਇਆ, ਇਹਦੇ ਵਿੱਚ ਸਭ ਤੋਂ ਅਹਿਮ ਜਿਹੜਾ ਨੈਗੇਟਿਵ ਕਿਰਦਾਰ ਹੈ ਉਹ ਇਹ ਜਗਬਾਣੀ ਅਖਬਾਰ ਵਾਲਿਆਂ ਦਾ ਰਿਹਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਾਰੇ ਇਹ ਗੱਲ ਕਈ ਵਾਰ ਅਸੀਂ ਸੁਣੀ ਆ ਕਿ ਉਹ ਇਹ ਅਖਬਾਰ ਜਿਹੜਾ ਸੀ ਉਚੇਚਾ ਤੌਰ ਤੇ ਇਹਨੂੰ ਅੱਗ ਲਾਉਣੀ ਕਹਿੰਦੇ ਹੁੰਦੇ ਸੀਗੇ, ਉਹਨਾਂ ਨੇ ਪੜ੍ਹਿਆ ਕਰਨਾ। ਤੇ ਜਦੋਂ ਇਸ ਅਖਬਾਰ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਉਸ ਵੇਲੇ ਦੇ ਜਿਹੜੇ ਜਥੇਦਾਰ ਸੀ ਗਿਆਨੀ ਗੁਰਦਿਆਲ ਅਜਨੋਹਾ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਉਸ ਟਾਈਮ ਪ੍ਰਧਾਨ ਸੀਗੇ ਜਥੇਦਾਰ ਗੁਰਚਰਨ ਸਿੰਘ ਟੌੜਾ, ਜਦੋਂ ਅਜਨੋਹਾ ਸਾਹਿਬ ਤੇ ਟੌੜਾ ਸਾਹਿਬ ਕਿਸੇ ਵਿਦੇਸ਼ਾਂ ਦੀ ਇੱਕ ਫੇਰੀ ਉੱਤੇ ਵਿਦੇਸ਼ੀ ਸਿੱਖਾਂ ਦੇ ਕਹਿਣ ਤੇ ਜਦੋਂ ਗਏ ਤਾਂ ਉਹਨਾਂ ਦੇ ਖਿਲਾਫ਼ ਇੱਕ ਲੰਮੀ ਲੇਖ ਲੜੀ ਜਗਬਾਣੀ ਦੇ ਵਿੱਚ ਲਿਖੀ, ਜਿਹਦਾ ਮੂਲ ਭਾਵ ਇਹੀ ਸੀਗਾ ਕਿ ਵੱਧ ਤੋਂ ਵੱਧ ਬਦਨਾਮੀ ਦਿੱਤੀ ਜਾਵੇ, ਵੱਧ ਤੋਂ ਵੱਧ ਇਹਨਾਂ ਦੇ ਖਿਲਾਫ ਲਿਖ ਕੇ ਸਿੱਖਾਂ ਨੂੰ ਬੇਅਦਬ ਬੇਇੱਜ਼ਤ ਕੀਤਾ ਜਾਵੇ। ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਦੇ ਵਿੱਚ ਸਭ ਤੋਂ ਸਿਖਰਲੀ ਗੱਲ ਸੀ ਕਿ ਜਦੋਂ ਨਰਕਧਾਰੀਆਂ ਨਾਲ ਸਿੱਖਾਂ ਦਾ ਕਲੈਸ਼ ਬਣਿਆ ਤਾਂ ਸਿੱਖਾਂ ਨੂੰ ਖਲਨਾਇਕ ਤੇ ਨਰਕਧਾਰੀਆਂ ਨੂੰ ਨਾਇਕ ਦਰਸਾਉਣ ਵਾਲੀ ਜਿਹੜੀ ਸਾਰੀ ਚੱਲੀ ਆ ਰਿਪੋਰਟਿੰਗ ਉਹ ਵੀ ਇਹਨਾਂ ਨੇ ਕੀਤੀ। ਹੋਰ ਵੀ ਕਈ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਕਿ ਬਰਦਾਸ਼ਤ ਨਹੀਂ ਸੀ ਹੋ ਸਕਦੀਆਂ ਉਹ ਕਰਦੇ ਕਰਾਉਂਦੇ ਰਹੇ। ਇਸੇ ਚੱਕਰ ਦੇ ਵਿੱਚ ਲਾਲਾ ਜਗਤ ਨਾਰਾਇਣ ਜਿਹੜੇ ਆ ਉਹਨਾਂ ਦਾ ਕਤਲ ਵੀ ਹੋਇਆ। ਖੈਰ ਉਸ ਤੋਂ ਬਾਅਦ ਵਿੱਚ ਜਿਹੜਾ ਉਹਨਾਂ ਦਾ ਬੇਟਾ ਸੀ ਰਮੇਸ਼ ਉਹਨੇ ਵੀ ਇਹੀ ਕੰਮ ਕੀਤਾ। ਸੋ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਜਿਹੜੀਆਂ ਅਫਵਾਹਾਂ ਸੰਘਰਸ਼ ਦੇ ਖਿਲਾਫ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਖਿਲਾਫ ਅਕਾਲੀਆਂ ਦੇ ਖਿਲਾਫ ਧਰਮ ਯੁੱਧ ਮੋਰਚੇ ਦੇ ਖਿਲਾਫ ਫੈਲੀਆਂ ਉਹਦਾ ਮੋਟਾ ਜਿਹੜਾ ਕਾਰਨ ਆ ਉਹ ਇਹ ਜਗਬਾਣੀ ਵਾਲੇ ਲਾਲੇ ਆ। ਤੱਤੀਆਂ ਤੱਤੀਆਂ ਸੁਰਖੀਆਂ, ਅੱਗ ਲਾਉਂਦੀਆਂ ਸੁਰਖੀਆਂ, ਲਾਂਬੂ ਲਾਉਂਦੀਆਂ ਅਖਬਾਰ ਦੀਆਂ ਸੁਰਖੀਆਂ ਪੜ੍ਹ ਕੇ ਖਾਸ ਤੌਰ ਤੇ ਜਿਹੜਾ ਸੰਪਾਦਕੀ ਪੇਜ ਦੇ ਉੱਤੇ ਨਫ਼ਰਤ ਨਾਲ ਭਰੇ ਹੋਏ ਲੇਖ ਛਪੇ ਹੁੰਦੇ ਸੀ ਉਹਦੇ ਵਿੱਚ ਮੋਟੇ ਤੌਰ ਤੇ ਜਿਹੜੀ ਗੜਬੜ ਹੁੰਦੀ ਸੀ ਉਹ ਇਹ ਸੀ ਕਿ ਅੱਜ ਵੀ ਪੰਜਾਬ ਦੇ ਵਿੱਚ ਜੇ ਆਪਾਂ ਇੱਕ ਮਹੀਨੇ ਦੇ ਅਖਬਾਰ ਚੱਕ ਲਈਏ ਤਾਂ ਇੱਥੇ ਜਿਹੜੇ ਮੁਸਲਮਾਨਾਂ ਬਿਰਤੀ ਵਾਲੇ ਲੋਕ ਨੇ ਉਹਨਾਂ ਨੇ ਅਪਰਾਧ ਉਦੋਂ ਵੀ ਕਰਨੇ ਸੀ ਤੇ ਅੱਜ ਵੀ ਕਰਨੇ ਸੀ। ਅਪਰਾਧ ਦੀ ਗੱਲ ਆ ਜਿਹੜੀ ਉਹਦੇ ਵਿੱਚ ਹੁਣ ਬਹੁਤ ਸਾਰੇ ਇਹੋ ਜਿਹੇ ਅਪਰਾਧ ਨੇ ਜਿਹੜੇ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਦੇ ਆ ਕੇ ਵਸਦੇ ਹੋਏ ਲੋਕ ਕਰਦੇ ਆ ਪਰ ਉਹ ਖਾਤੇ ਤਾਂ ਪੰਜਾਬ ਦੇ ਹੀ ਪੈਂਦੇ ਆ। ਕਈ ਇਹੋ ਜਿਹੀਆਂ ਹੌਲਨਾਕ ਦਰਦਨਾਕ ਜਿਹੜੀਆਂ ਪੰਜਾਬ ਦੀ ਪੰਜਾਬ ਦੇ ਸੱਭਿਆਚਾਰ ਦੇ ਹਿਸਾਬ ਨਾਲ ਬਿਲਕੁਲ ਹੀ ਇਹੋ ਜਿਹੀ ਗੱਲ ਕਿਤੇ ਹੋ ਨਹੀਂ ਸਕਦੀ। ਇੱਦਾਂ ਦੀਆਂ ਵਾਰਦਾਤਾਂ ਵੀ ਜਿਹੜੀਆਂ ਨੇ ਉਹ ਯੂਪੀ ਬਿਹਾਰ ਜਾਂ ਦੂਜੇ ਸੂਬਿਆਂ ਦੇ ਆ ਕੇ ਲੋਕ ਜਦੋਂ ਕਰਦੇ ਆ ਉਹ ਪੰਜਾਬ ਦੇ ਖਾਤੇ 'ਚ ਪੈਂਦੀਆਂ। ਸੋ ਜਿਹੜੀਆਂ ਵਾਰਦਾਤਾਂ ਲੁੱਟਾਂ ਖੋਹਾਂ ਜਾਂ ਹੋਰ ਅਪਰਾਧ ਜਿੰਨੇ ਵੀ ਪੰਜਾਬ ਦੇ ਵਿੱਚ ਇਸ ਵੇਲੇ ਹੁੰਦੇ ਆ ਜੇ ਉਹ ਗਿਣ ਲੈ ਜਾਣ ਉਦੋਂ ਇਹਦੇ ਮੁਕਾਬਲੇ ਕਿਤੇ ਜ਼ਿਆਦਾ ਘੱਟ ਵਾਰਦਾਤਾਂ ਹੁੰਦੀਆਂ ਸੀ। ਪਰ ਜਗਬਾਣੀ ਵਾਲੇ ਅਖਬਾਰ ਨੇ ਜੇ ਤੁਸੀਂ ਅੱਜ ਵੀ ਕਿਸੇ ਲਾਇਬ੍ਰੇਰੀ 'ਚ ਜਾ ਕੇ ਉਹਨਾਂ ਅਖਬਾਰਾਂ ਦਾ ਅਧਿਐਨ ਕਰੋ ਤਾਂ ਤੁਸੀਂ ਸਾਫ਼ ਤੌਰ ਤੇ ਦੇਖ ਲਓਗੇ ਕਿ ਉਹਦੇ ਵਿੱਚ ਬੜੀ ਵੱਡੀ ਜਿਹੜੀ ਸੀ ਭੂਮਿਕਾ ਇਸ ਚੀਜ਼ ਦੀ ਰਹੀ ਕਿ ਜਗਬਾਣੀ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਇੱਕ ਡਾਟਾ ਜਿਹਾ ਬਣਾ ਕੇ ਛਾਪਣਾ, ਲਿਸਟ 'ਚ ਛਾਪਣੀ ਕਿ ਆਹ ਦੇਖੋ ਜੀ ਇੰਨੇ ਮੋਟਰਸਾਈਕਲ ਖੋਲੇ, ਇੰਨੀਆਂ ਕਾਰਾਂ ਖੋਲੀਆਂ, ਆਹ ਜੀ ਲੁੱਟਾਂ ਖੋਹਾਂ, ਆਹ ਜੀ ਇਹ ਸਾਰੀਆਂ ਜੀ ਵੀ ਦਰਬਾਰ ਸਾਹਿਬ ਚੋਂ ਇਹ ਲੋਕ ਨਿਕਲਦੇ ਆ ਤੇ ਇਹ ਥਾਂ ਥਾਂ ਤੇ ਜਾ ਕੇ ਇਹੋ ਜਿਹੀਆਂ ਖਤਰਨਾਕ ਵਾਰਦਾਤਾਂ ਕਰਦੇ ਆ ਤੇ ਇਹ ਸਾਰੇ ਸੰਤ ਭਿੰਡਰਾਂ ਵਾਲਿਆਂ ਦੇ ਬੰਦੇ। ਇਹ ਇੰਨੀ ਜ਼ਿਆਦਾ ਮਤਲਬ ਗੱਲ ਚੱਲ ਪਈ ਵੀ ਲੋਕ ਕਹਿੰਦੇ ਹੁੰਦੇ ਸੀ ਚਿੜੀ ਮਰੇ ਜਾਂ ਕਾਂ ਲੱਗੇ ਭਿੰਡਰਾਂ ਵਾਲਿਆਂ ਦਾ ਨਾਂ। ਇਹ ਜਿਹੜੀ ਗੱਲ ਇੰਨੀ ਜ਼ਿਆਦਾ ਚੱਲੀ ਉਹ ਚਲਾਉਣ ਵਾਸਤੇ ਜੇ ਕੋਈ ਸ਼ਖਸ ਜ਼ਿੰਮੇਵਾਰ ਆ ਤਾਂ ਉਹ ਲਾਲਾ ਜਗਤ ਨਾਰਾਇਣ ਤੇ ਉਹਦਾ ਪਰਿਵਾਰ। ਇਹਨਾਂ ਲੋਕਾਂ ਨੇ ਇੰਨੀ ਜ਼ਿਆਦਾ ਨਫ਼ਰਤ ਵਾਲੇ ਲਹਿਜੇ ਵਿੱਚ ਖਬਰਾਂ ਲਿਖੀਆਂ ਵੀ ਕਹਿਣ ਸੁਣਨ ਵਾਲੀ ਕੋਈ ਗੱਲ ਨਹੀਂ ਰਹੀ। ਉਹ ਜੇਕਰ ਕਹਿੰਦੇ ਆ ਵੀ ਇਹ ਇੰਨੀਆਂ
ਹੌਲਨਾਕ ਤਰੀਕੇ ਨਾਲ ਖਬਰਾਂ ਲਿਖੀਆਂ ਹੁੰਦੀਆਂ ਸੀਗੀਆਂ, ਇੰਨੀਆਂ ਡਰਾਉਣੀਆਂ ਬਣਾ ਕੇ ਲਿਖੀਆਂ ਹੁੰਦੀਆਂ ਸੀਗੀਆਂ ਵੀ ਸਧਾਰਨ ਘਟਨਾ ਦੇ ਲਈ ਜਿਹੜੀ ਖਬਰ ਦੇਣੀ ਉਹ ਵੀ ਇੰਨੀ ਦੇਣੀ ਤਲਖ ਵੀ ਕੋਈ ਮੁਰਦਾ ਵੀ ਜਾਣੀ ਕਿ ਜਿਹੜਾ ਡਰ ਕੇ ਨਾ ਭੱਜ ਜਾਵੇ ਕਬਰ ਚੋਂ ਨਿਕਲ ਕੇ, ਇਸ ਤਰੀਕੇ ਨਾਲ ਗੱਲ। ਤੋਂ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਉਦੋਂ ਇਹੀ ਹੁੰਦੀ ਸੀ ਗੱਲ ਵੀ ਮੈਂ ਅਖਬਾਰ 'ਚ ਪੜ੍ਹਿਆ। ਅੱਜ ਵੀ ਬਹੁਤ ਸਾਰੇ ਲੋਕ ਕੁਛ ਇਹੋ ਜਿਹੀਆਂ ਗੱਲਾਂ ਜਿਹਨਾਂ ਦਾ ਸ਼ਰੇਆਮ ਪਤਾ ਪੜ੍ਹੇ ਲਿਖੇ ਸਿਆਣੇ ਤਬਕੇ ਨੂੰ ਵੀ ਇਹ ਝੂਠ ਆ, ਪਰ ਉਹ ਸੰਘਰਸ਼ ਬਾਰੇ ਧਰਮ ਯੁੱਧ ਮੋਰਚੇ ਬਾਰੇ ਮਤਲਬ ਏਦਾਂ ਦੀਆਂ ਗੱਲਾਂ ਸੋਚੀ ਬੈਠੇ ਆ, ਕਿਉਂਕਿ ਉਹਨਾਂ ਜਦੋਂ ਕਈ ਵਾਰ ਅਖਬਾਰ 'ਚ ਪੜ੍ਹਿਆ ਸੀ। ਪੜ੍ਹਨਾ ਨਾਲੋਂ ਅਗਲੀ ਗੱਲ ਇਹ ਸੀ, ਕਈ ਵਾਰੀ ਕੋਈ ਜਿਹੜਾ ਪੜ੍ਹਿਆ ਲਿਖਿਆ ਹੁੰਦਾ ਸੀ ਉਹਨੂੰ ਬਿਠਾ ਦੇਣਾ ਵੀ ਤੂੰ ਪੜ੍ਹ ਕੇ ਸੁਣਾ, ਤੇ ਕਈ ਬਜ਼ੁਰਗ ਜਾਂ ਸਿਆਣੇ ਬੰਦਿਆਂ ਨੇ ਜਾਂ ਜਿਹੜੇ ਚੇਟਕ ਰੱਖਦੇ ਸੀ ਉਹਨਾਂ ਨੇ ਇਕੱਠੇ ਬਹਿ ਕੇ ਜਦੋਂ ਸੁਣਨਾ ਤੇ ਉਹਨੇ ਕਹਿਣਾ ਯਾਰ ਮੈਂ ਉੱਥੋਂ ਅਖਬਾਰ ਤੋਂ ਸੁਣਿਆ ਸੀ, ਉੱਥੇ ਬੈਠੇ ਸੀ ਬੰਦੇ ਇਸ ਤਰ੍ਹਾਂ ਗੱਲਾਂ ਕਰਦੇ ਸੀ। ਇਹ ਜਿਹੜੀ ਕਹਾਣੀ ਹੈ ਇਹਦੇ ਵਾਸਤੇ ਅੱਜ ਮੈਂ ਜਦੋਂ ਗੱਲ ਕਰਨ ਲੱਗਿਆ ਮੈਨੂੰ ਯਾਦ ਹੈ ਕਿ ਮੈਂ ਵੀ ਆਪਦੇ ਪਿੰਡ ਦੇ ਵਿੱਚ ਸਾਡੇ ਅਖਬਾਰ ਜਿਹੜਾ ਸੀਗਾ ਅਕਾਲੀ ਪੱਤਰਿਕਾ ਉਦੋਂ ਆਉਂਦਾ ਸੀ, ਤੇ ਇਕੱਠੇ ਬਹਿ ਕੇ ਸਾਰੇ ਬਜ਼ੁਰਗਾਂ ਨੇ ਸਾਡੇ ਤਾਇਆ ਸੀ ਉਹਨਾਂ ਨੇ ਕਹਿਣਾ ਲਿਆ ਵੀ ਪੜ੍ਹ ਕੇ ਸੁਣਾ। ਕਾਫੀ ਜਾਣਿਆਂ ਨੇ ਮੇਰੇ ਤੋਂ ਉਹ, ਮੈਂ ਉੱਚੀ ਬੋਲ ਕੇ ਸਕੂਲ ਤੋਂ ਆ ਕੇ, ਮੇਰੀ ਇਹ ਡਿਊਟੀ ਹੁੰਦੀ ਸੀ 4 ਵਜੇ ਦੇ ਲਾਗੇ, ਮੈਂ ਉੱਚੀ ਉੱਚੀ ਬੋਲ ਕੇ ਜਿਹੜੇ ਸੀ ਅਖਬਾਰ ਪੜ੍ਹ ਕੇ ਸੁਣਾਉਣਾ। ਅਕਾਲੀ ਪੱਤਰਿਕਾ ਜ਼ਿਆਦਾ ਸਾਡੇ ਬੰਦੇ ਪੜ੍ਹਦੇ ਸੀ, ਪਰ ਪਿੰਡ ਦੇ ਵਿੱਚ ਕੁਛ ਇਹੋ ਜਿਹੇ ਬੰਦੇ ਵੀ ਸੀ ਉਹਨਾਂ ਦਾ ਅੱਜ ਵੀ ਉਦੋਂ ਨਾਲੋਂ ਸੋਚ ਪ੍ਰਬੰਧ ਸਾਰਾ ਵੱਖਰਾ ਹੀ ਚੱਲਿਆ ਆਉਂਦਾ, ਕਿਉਂਕਿ ਉਹਨਾਂ ਨੇ ਜਗ ਬਾਣੀ ਪੜ੍ਹਿਆ। ਜਗ ਬਾਣੀ ਜਿਹੜਾ ਅਖਬਾਰ ਸੀ ਇਹਨੇ ਪੰਜਾਬ ਦੇ ਵਿੱਚ ਲਾਂਭੂ ਲਾਉਣ ਦੇ ਵਿੱਚ ਜਿਹੜੀ ਉਦੋਂ ਤੋਂ ਲੈ ਕੇ ਹੁਣ ਤੀਕਰ ਭੂਮਿਕਾ ਨਿਭਾਈ ਉਹ ਤੁਸੀਂ ਅੱਜ ਵੀ ਦੇਖ ਸਕਦੇ ਹੋ ਵੀ ਸਾਰੇ ਖਾੜਕੂ ਸੰਘਰਸ਼ ਦੇ ਦੌਰਾਨ ਵੀ ਇਹੀ ਕੁਛ ਚੱਲਿਆ। ਇੱਕ ਸਾਡੇ ਸਿੱਖ ਕੌਮ ਦਾ ਜੁਝਾਰੂ ਪਿੱਛੇ ਜੇ ਗ੍ਰਿਫਤਾਰ ਹੋਇਆ ਤੇ ਜਦੋਂ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਪ੍ਰੈਸ ਦੇ ਸਾਹਮਣੇ ਉਸ ਜੁਝਾਰੂ ਨੂੰ ਵੀ ਪੇਸ਼ ਕੀਤਾ ਕਿ ਆਹ ਜੀ ਫੜਿਆ ਇੰਨੇ ਤੇ ਕਤਲ ਨੇ ਇੰਨਾ, ਇਹ ਆ ਉਹ ਆ ਸਾਰਾ ਕੁਛ ਉਹਨੇ ਬੋਲਿਆ, ਪ੍ਰੈਸ ਨੋਟ ਵੀ ਵੰਡ ਦਿੱਤਾ ਗਿਆ। ਤਾਂ ਬਾਅਦ ਵਿੱਚ ਉਹ ਜਿਹੜਾ ਜੁਝਾਰੂ ਸੀ ਆ ਸਿੰਘ ਉਹਨੇ SSP ਨੂੰ ਕਿਹਾ ਕਿ ਮੈਂ ਸਰ ਇਹਨਾਂ ਨਾਲ ਕੋਈ ਗੱਲ ਕਰਨੀ ਚਾਹੁੰਦਾ ਮੀਡੀਆ ਨਾਲ। ਉਹ 6-5 ਵਿੱਚ ਪੈ ਗਿਆ ਬਈ ਇਹ ਹੋਰ ਨਾ ਕੋਈ ਨਵੀਂ ਗੱਲ ਹੀ ਕਹਿ ਜਾਵੇ, ਕੋਈ ਸਿਆਪਾ ਹੀ ਖੜਾ ਹੋ ਜੇ। ਤੇ ਉਹਨੇ ਫਿਰ ਕਿਹਾ ਕੋਈ ਨੀ ਸਰ ਇਹੋ ਜਿਹੀ ਗੱਲ ਨੀ, ਮੈਂ ਕੋਈ ਜੈਨੂਅਨ ਜੀ ਗੱਲ ਹੀ ਕਰਨੀ ਹੈ। ਹੁਣ ਉਹ ਸੂਤਾ ਫਸ ਗਿਆ ਵੀ ਫਿਰ ਕਿਤੇ ਜੇ ਮੈਂ ਬੋਲਣ ਨੂੰ ਟਾਈਮ ਦੇ ਤਾ ਕੋਈ ਮਾੜੀ ਗੱਲ ਨਾ ਕਹਿ ਦੇਵੇ, ਜ਼ਿਆਦਾ ਕੋਈ ਪੰਗੇ ਵਾਲੀ ਕਹਾਣੀ ਨਾ ਛਿੜ ਪਵੇ। ਦੂਜੇ ਪਾਸੇ ਉਹ ਇਸ ਗੱਲੋਂ ਵੀ ਦੇਖੇ ਵੀ ਜੇਕਰ ਨਾ ਬੋਲਣ ਦਾ ਟਾਈਮ ਦੇਵਾਂ ਤਾਂ ਅਖਬਾਰਾਂ 'ਚ ਖਬਰ ਇਹ ਛਪ ਜਾਣੀ ਆ ਵੀ ਉਹ ਕੁਛ ਬੋਲਣਾ ਚਾਹੁੰਦਾ ਸੀਗਾ ਪਰ ਇਹਨਾਂ ਨੇ ਬੋਲਣ ਨਹੀਂ ਦਿੱਤਾ। ਸੋ ਇਸ 605 ਦੇ ਵਿੱਚ ਉਹਨੇ ਕਹਿਤਾ ਵੀ ਚੱਲ ਕੋਈ ਕਰ ਲਓ ਗੱਲ। ਤਾਂ ਸਾਡੇ ਉਸ ਜੁਝਾਰੂ ਸਿੰਘ ਨੇ ਸਾਰੇ ਪ੍ਰੈਸ ਵਾਲਿਆਂ ਨੂੰ ਕਿਹਾ ਵੀ ਤੁਹਾਡੇ ਚੋਂ ਜੱਗ ਬਾਣੀ ਵਾਲਾ ਪੱਤਰਕਾਰ ਕਿਹੜਾ? ਤਾਂ ਉਹ ਸਾਰੇ ਦੇਖਣ ਦੇ ਲੱਗ ਗਏ ਤੇ ਉਹ ਕਹਿੰਦੇ ਜੀ ਆਹ ਫਾਇਦਾ ਉਹ ਮੁੰਡਾ, ਉਹਨੂੰ ਕਹਿੰਦੇ ਹਾਂਜੀ ਤੁਸੀਂ ਉਹ, ਕਹਿੰਦਾ ਹਾਂਜੀ। ਕਹਿੰਦਾ ਗੱਲ ਇਹ ਸੱਜਣਾ ਇਹ ਆ ਵੀ ਉਹੀ ਪ੍ਰੈਸ ਨੋਟ ਤੈਨੂੰ ਮਿਲਿਆ ਉਹੀ ਬਾਕੀਆਂ ਨੂੰ ਮਿਲਿਆ, ਤੇ ਜਿਹੜੀਆਂ ਗੱਲਾਂ ਮੇਰੇ ਮੁਤਾਲਕ ਬਾਕੀਆਂ ਨੇ ਸੁਣੀਆਂ ਨੇ ਪੁਲਿਸ ਅਫਸਰਾਂ ਤੋਂ ਉਹੀ ਤੁਸੀਂ ਸੁਣੀਆਂ। ਤੇ ਹੁਣ ਇਸ ਹਿਸਾਬ ਨਾਲ ਬਾਕੀ ਅਖਬਾਰਾਂ 'ਚ ਜਿਹੜਾ ਕੁਛ ਮੇਰੇ ਬਾਰੇ ਲਿਖਿਆ ਜਾਣਾ ਹੈ ਉਹੀ ਕੁਛ ਜਗਬਾਣੀ 'ਚ ਛਪਣਾ ਚਾਹੀਦਾ। ਕਹਿੰਦਾ ਹਾਂਜੀ। ਕਹਿੰਦਾ ਪਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਤੁਹਾਡੇ ਅਖਬਾਰ ਨੂੰ ਸਾਡੇ ਸਿੱਖਾਂ ਬਾਰੇ ਥੋੜਾ ਜਿਹਾ ਜ਼ਿਆਦਾ ਹੀ ਮਸਾਲਾ ਲਾਉਣ ਦੀ ਆਦਤ ਆ, ਤੇ ਮੈਂ ਇਹ ਤੈਨੂੰ ਤਾਂ ਗੱਲ ਦੱਸੀ ਆ ਤਾਂ ਤੇਰਾ ਨਾਂ ਪੁੱਛਿਆ ਵੀ ਤੇਰੇ ਨਾਲ ਕੋਈ ਰਫੜ ਦਾ ਮੇਰਾ ਮਸਲਾ ਤਾਂ ਹੈ ਨਹੀਂ। ਉਹ ਗੱਲ ਇਹ ਹੈ ਕਿ ਦੇਖ ਜੇ ਇਹਨਾਂ ਨੇ ਮੇਰੇ ਉੱਤੇ ਜਿਹੜਾ ਬੈਂਕ ਡਾਕਿਆਂ ਦੇ ਜਾਂ ਹੋਰ ਕੋਈ ਏਦਾਂ ਦੇ ਕੇਸ ਲਿਖੇ ਆ ਵੀ 15 ਨੇ, ਤੇ ਤੂੰ 15 ਦੇ ਨਾਲ ਚਾਹੇ ਇੱਕ 0 ਲਾ ਦੇ ਵੀ 150 ਕਰ ਲਈ, ਤੇ ਜੇਕਰ ਇਹਨਾਂ ਨੇ ਕਿਹਾ ਵੀ ਇਹਨਾਂ ਨੇ ਜੀ ਬੰਦੇ ਮਾਰੇ ਕਤਲ ਕਰਤੇ, ਚਲੋ ਜੇ ਇਹਨਾਂ ਨੇ 10 ਕਹੇ ਨੇ ਤੂੰ ਨਾਲ 0 ਇੱਕ ਹੋਰ ਜੋੜ ਦੀ, 100 ਲਿਖ ਦੀ, ਕੋਈ ਚੱਕਰ ਨੀ, ਇੰਨਾ ਕੁ ਮੈਂ ਝੱਲ ਲੂੰਗਾ ਵੀ ਇੰਨਾ ਕੁ ਤਾਂ ਇਹਨਾਂ ਨੂੰ ਆਦਤ ਹੀ ਆ। ਪਰ ਤੂੰ ਇਹ ਦੇਖ ਵੀ ਪ੍ਰੈਸ ਨੋਟ ਦੇ ਵਿੱਚ ਨਾ ਇਹਨੇ ਬੋਲਣ ਲੱਗਿਆਂ ਸਾਹਿਬ ਨੇ ਕੋਈ ਬਲਾਤਕਾਰ ਨੀ ਕਿਹਾ ਹੈਗਾ ਕਿ ਇਹਨਾਂ ਨੇ ਬਲਾਤਕਾਰ ਕੀਤਾ ਸੀ, ਜਾਂ ਫਰੌਤੀ ਨੀ ਕਿਹਾ ਵੀ ਫਰੌਤੀ ਲੈ ਕੇ ਬੰਦਾ ਇਹਨਾਂ ਨੇ ਚੱਕਿਆ ਤੇ ਫਰੌਤੀ ਲੈ ਕੇ ਛੱਡਿਆ। ਦੇਖ ਤਾਂ ਪ੍ਰੈਸ ਨੋਟ 'ਚ ਕੋਈ ਹੈ ਇੱਦਾਂ? ਕਹਿੰਦਾ ਜੀ ਨਹੀਂ ਹੈਗਾ। ਕਹਿੰਦਾ ਬਸ ਮੈਂ ਇਹੀ ਗੱਲ ਕਹਿਣੀ ਸੀ ਤੈਨੂੰ ਬਈ ਹੁਣ ਕੱਲ੍ਹ ਦੇ ਅਖਬਾਰ 'ਚ ਇਹ ਨਾ ਛਪਿਆ ਹੋਵੇ ਵੀ ਉਹ ਫਰੌਤੀਆਂ ਇੰਨੀਆਂ, ਉਹ ਤੇ ਕੇਸ ਇੰਨੇ ਜੀ ਬਲਾਤਕਾਰਾਂ ਦੇ ਕੇਸ, ਕਿਉਂਕਿ ਤੇਰੇ ਅਖਬਾਰ ਨੂੰ ਇਹ ਭੈੜੀ ਆਦਤ ਆ, ਸਿੱਖ ਕੌਮ ਦੇ ਹੀਰੋ ਆ ਜਿਹੜੇ ਉਹਨਾਂ ਨੂੰ ਬਲਾਤਕਾਰੀਏ ਤੇ ਕਾਤਲ ਦਰਿੰਦੇ ਤੇ ਲਟੇਰੇ ਕਹਿ ਕੇ ਉਹਨਾਂ ਨੂੰ ਬਦਨਾਮ ਕਰਨਾ, ਤੇ ਖਬਰ ਹੁਣ ਮਿੱਤਰਾ ਛਪਣੀਆਂ ਤੇਰੇ ਨਾਲ, ਉਹਤੇ ਮਾੜਾ ਜਿਹਾ ਖਿਆਲ ਰੱਖਿਓ ਇਸ ਗੱਲ ਦਾ। ਇਹ ਗੱਲ ਇੱਕ ਵਾਰ ਨਹੀਂ ਦੋ ਵਾਰ ਨਹੀਂ,
जगबाणी के अखबार के पत्रकारां दे बारे कई लोग कहते हैं जी उन्हां दे उत्तों खाड़कुआ ने ऐ करता सी ओह करता सी, पर यह भी देखो कि इन्हां दे नौं ते जिहड़ियां खबरां छपदियां सी उहदे विच खाड़कुआ नूं निंदण भंडण वाला बदनाम करन वाला आपदे कोलों मसाले ला के इस तरह दीआं गल्लां करन वाला एलीमेंट जिहड़ा सीगा ਉਹ ਖਬਰ ਜਿਹੜੀ ਅਗਲੇ ਦੇ ਮਾਪਿਆਂ ਨੇ ਪੜ੍ਹਨੀ ਆ, ਉਹਦੀ ਭੈਣ ਨੇ ਪੜ੍ਹਨੀ ਆ, ਉਹਦੇ ਬੱਚਿਆਂ ਨੇ ਆਉਣ ਵਾਲੇ ਸਮੇਂ 'ਚ ਦੇਖਣੀ ਆ ਤੇ ਉਹ ਕੋਈ ਸਿੰਘ ਜਿਹੜਾ ਜਿਹੜੇ ਉਹਦੇ ਨਾਲ ਦੇ ਆ ਜਿਹੜਾ ਸ਼ਹੀਦ ਹੋਇਆ ਹੋਇਆ ਉਹ ਸਿੰਘ ਜਿਹੜੇ ਉਹਦੇ ਨਾਲ ਦੇ ਜਿਹੜੇ ਜਾਣਦੇ ਆ ਕਿ ਉਹ ਗੁਰਮੁਖ ਸੀ, ਉਹ ਭਜਨ ਬਾਣੀ ਵਾਲਾ ਸੀ, ਠੀਕ ਆ ਕੌਮ ਦੀ ਲੜਾਈ ਦੇ ਵਿੱਚ ਉਹ ਸ਼ਹਾਦਤ ਪਾ ਗਿਆ, ਪਰ ਉਹਨੂੰ ਇਹਨਾਂ ਨੇ ਕਿਸ ਤਰੀਕੇ ਨਾਲ ਬਦਨਾਮ ਕਰਤਾ ਤਾਂ ਇਹ ਗੁੱਸਾ ਇਹ ਰੋਹ ਆਉਣਾ ਸੁਭਾਵਿਕ ਸੀ। ਇਹੋ ਜਿਹੀਆਂ ਬੇਅੰਤ ਗੱਲਾਂ ਜਿਹੜੀਆਂ ਨੇਗੀਆਂ ਅਖਬਾਰਾਂ ਦੇ ਵਿੱਚ ਉਹ ਕੱਢ ਕੇ ਦਿੱਤੀਆਂ ਜਾ ਸਕਦੀਆਂ ਨੇ। ਔਰ ਮੈਂ ਅੱਜ ਇਸ ਪ੍ਰੋਗਰਾਮ ਦੇ ਰਾਹੀਂ ਸਾਡੇ ਜਿਹੜੇ ਸਰੋਤੇ ਉਹਨਾਂ ਨੂੰ ਬੇਨਤੀ ਕਰਦਾ, ਬਹੁਤ ਸਾਰੇ ਫੋਨ ਕਰਦੇ ਆ, ਮਿਲਦੇ ਗਿਲਦੇ ਆ ਸੱਜਣ ਪਿਆਰੇ ਕਿ ਜੀ ਅਸੀਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਗੱਲਾਂ ਕੋਈ ਨਵੀਆਂ ਸਮਝਦੇ ਹਾਂ ਸਿੱਖਦੇ ਹਾਂ। ਉਹ ਮੈਂ ਅੱਜ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਗਬਾਣੀ ਅਖਬਾਰ ਨੇ ਮੀਡੀਆ ਦੀ ਦੁਰਵਰਤੋਂ ਕਰਕੇ ਕਿਵੇਂ ਪੰਜਾਬ 'ਚ ਫਿਰਕੂ ਭਾਂਬੜ ਵਾਲੇ ਇਸ ਵਿਸ਼ੇ ਤੇ ਕੋਈ ਰਿਸਰਚ ਕੋਈ PhD ਜ਼ਰੂਰ ਕਰਨੀ ਚਾਹੀਦੀ ਹੈ। 1978 ਤੋਂ ਲੈ ਕੇ ਅੱਜ ਤੱਕ ਇਸ ਅਖਬਾਰ ਨੇ ਕਿਵੇਂ ਪੰਜਾਬ 'ਚ ਲਾਂਬੂ ਲਾਏ, ਇਹ ਵੈਸੇ ਇਹ ਗੱਲ ਕਹਿਣੀ ਜਿਹੜੀ ਹੈ ਜ਼ਰੂਰੀ ਆ ਕਿ ਇਕੱਲਾ ਇਹ ਨਹੀਂ, ਇੱਥੇ ਜਸਪਾਲ ਸਿੰਘ ਸਿੱਧੂ ਦੀ ਜੇ ਗੱਲ ਕਰੀਏ ਤਾਂ ਉਹ ਜਦੋਂ ਇੱਥੇ ਕੰਮ ਕਰਦੇ ਸੀਗੇ ਉਹਨਾਂ ਨੇ ਇਹ ਗੱਲ ਕਹੀ ਵੀ ਟੈਰੋਰਿਸਟ ਅੱਖਰ ਜਿਹੜਾ ਸੀ ਅੱਤਵਾਦੀ ਜਾਂ ਵੱਖਵਾਦੀ ਅੱਖਰ ਇਹ ਜਾਣ ਬੁੱਝ ਕੇ ਹਰੇਕ ਦੇ ਮੂਹਰੇ ਲਾਉਣ ਦੀ ਵੀ ਅੱਤਵਾਦੀ ਫਲਾਨਾ ਫੜਿਆ ਗਿਆ, ਇਹ ਇੱਕ ਉੱਪਰੋਂ ਆਰਡਰ ਆਏ ਜਾਂ ਕਿਵੇਂ ਗੱਲ ਚੱਲੀ ਵੀ ਇਹ ਬਦਨਾਮ ਕਰਨ ਵਾਲਾ ਇੱਕ ਅਲੰਕਾਰ ਮੂਹਰੇ ਇਹਨਾਂ ਦੇ ਨਾਂ ਦੇ ਲਾਇਆ ਜਾਣ ਲੱਗਿਆ। ਅਕਤੂਬਰ 1983 ਦੇ ਵਿੱਚ ਅਕਤੂਬਰ 'ਚ ਤਾਂ ਢਲਵਾਂ ਬਸਕਾਂਡ ਹੋਇਆ 1983 'ਚ, ਉਦੋਂ ਥੋੜਾ ਟਾਈਮ ਬਾਅਦ ਨਵੰਬਰ ਦੀ ਗੱਲ ਹੋਣੀ ਆ, ਸਿਆਲ ਸੀ ਉਦੋਂ, ਨਸ਼ਹਿਰਾ ਪੰਨੂਆ ਜਿਹੜਾ ਅੰਮ੍ਰਿਤਸਰ ਤੋਂ ਤਰਨ ਤਰਨ ਨੂੰ ਸੜਕ ਜਾਂਦੀ ਹੈ ਇਹਦੇ ਉੱਤੇ ਇੱਕ ਨਸ਼ਹਿਰਾ ਪੰਨੂਆ ਬੱਸ ਕਾਂਡ ਹੋਇਆ ਸੀ ਤੇ ਜਦੋਂ ਇਹ ਬੱਸ ਕਾਂਡ ਦੇ ਵਿੱਚ ਕੁਛ ਉੱਥੇ ਜਿਹੜੇ ਚਾਰ ਬੰਦੇ ਮਾਰੇ ਗਏ ਸੀ ਬੱਸ ਦੇ ਵਿੱਚ ਤੇ ਇਹਦੀ ਰਿਪੋਰਟਿੰਗ ਦੇ ਲਈ ਇਹ ਦੱਸਦੇ ਆ ਜਸਪਾਲ ਸਿੰਘ ਸਿੱਧੂ ਵੀ ਮੈਂ ਤੇ ਇੱਕ ਹਿੰਦੁਸਤਾਨ ਟਾਈਮਜ਼ ਦਾ ਪੱਤਰਕਾਰ ਸੀਗਾ ਤੋਮਰ KS ਤੋਮਰ ਵੀ ਅਸੀਂ ਟੈਕਸੀ ਲੈ ਕੇ ਸਵੇਰੇ ਸਵਖਤ ਉੱਥੇ ਪਹੁੰਚ ਗਏ ਜਿੱਥੇ ਇਹ ਘਟਨਾ ਵਾਪਰੀ ਸੀ ਤੇ ਨਸ਼ਹਿਰਾ ਪੰਨੂਆ ਦੇ ਵੱਲ ਜਦੋਂ ਟੈਕਸੀ ਲੈ ਕੇ ਅਸੀਂ ਗਏ ਉੱਥੇ ਜਿਹੜੀ ਲਾਸ਼ਾਂ ਲੈ ਕੇ ਪੁਲਿਸ ਤਾਂ ਹਸਪਤਾਲ ਨੂੰ ਗਈ ਹੋਈ ਸੀ ਪੋਸਟਮਾਰਟਮ ਵਾਸਤੇ ਤੇ ਉੱਥੇ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਵਾਲੇ ਸੀਗੇ ਉਹ ਮੌਜੂਦ ਸੀਗੇ ਤੇ ਜਿਹੜੇ ਹਮਲਾਵਰ ਸੀਗੇ ਉਹਨਾਂ ਬਾਰੇ ਸੀਗਾ ਕਿ ਸਵਾਰੀਆਂ ਨੂੰ ਉਤਾਰਨ ਤੋਂ ਬਾਅਦ ਬੱਸ ਉਹ ਕਿਸੇ ਅਗਿਆਤ ਥਾਂ ਤੇ ਲੈ ਗਏ ਆ। ਉੱਥੇ ਸਾਨੂੰ ਕਹਿੰਦੇ ਨਿਹੰਗ ਅਜੀਤ ਸਿੰਘ ਵੀ ਮਿਲਿਆ ਜਿਹਨੇ ਉੱਥੇ ਇੱਕ ਹਿੰਦੂ ਨੌਜਵਾਨ ਨੂੰ ਇਹ ਕਹਿ ਕੇ ਬਚਾ ਲਿਆ ਸੀਗਾ ਭਾਟੀਏ ਨੂੰ ਬਈ ਇਹ ਤਾਂ ਮੇਰਾ ਪੁੱਤ ਵਾ, ਵੀ ਇਹਨੇ ਚਲੋ ਮੂੰਹ ਸਿਰ ਮੁੰਨਿਆ ਹੋਇਆ ਤੇ ਜਿਹੜੇ ਬੰਦੇ ਮਾਰੇ ਗਏ ਸੀਗੇ ਉਹਨਾਂ ਵਿੱਚੋਂ ਇੱਕ ਹਿੰਦੂ ਨੌਜਵਾਨ ਨੂੰ ਛੱਡ ਕੇ ਬਾਕੀਆਂ ਦੀ ਪਛਾਣ ਹੋ ਚੁੱਕੀ ਸੀ। ਉਹਨਾਂ ਵਿੱਚੋਂ ਬਿਪਨ ਪਾਲ ਜਿਹੜਾ ਸਰਕਾਰੀ ਮੁਲਾਜ਼ਮ ਸੀਗਾ, ਸੁਭਾਸ਼ ਚੰਦਰ ਕਿਸੇ ਬੈਂਕ 'ਚ ਕੰਮ ਕਰਦਾ ਸੀਗਾ, ਤੀਜੇ ਦੀ ਜੇਬ ਵਿੱਚੋਂ ਮਲੋਟ ਦੀ ਕਿਸੇ ਫਰਮ ਦੀ ਪਰਚੀ ਨਿਕਲ ਆਈ, ਉਹ ਜਿਹੜਾ ਫੋਰਪੁਰ ਇਲਾਕੇ ਦਾ ਵਸਨੀਕ ਸੀਗਾ ਨਿਹੰਗ ਅਜੀਤ ਸਿੰਘ ਉਹਦੀ ਪ੍ਰੈਸ ਵਾਲਿਆਂ ਨੇ ਲੰਬੀ ਚੌੜੀ ਇੰਟਰਵਿਊ ਲਈ ਕਿਉਂਕਿ ਉਹਨੇ ਇੱਕ ਭਾਟੀਏ ਨਾਂ ਦੇ ਹਿੰਦੂ ਵਿਅਕਤੀ ਨੂੰ ਆਪਦਾ ਪੁੱਤ ਦੱਸ ਕੇ ਉਦੋਂ ਗੋਲੀਆਂ ਤੋਂ ਬਚਾਇਆ ਸੀਗਾ। ਤੇ ਜਦੋਂ ਇਹ ਸਾਰੀ ਰਿਪੋਰਟ ਦਾ ਲੈ ਕੇ ਮੈਟਰ ਵਾਪਸ ਆਏ ਤਾਂ ਆਪੋ ਆਪਦੇ ਅਖਬਾਰਾਂ ਨੂੰ ਖਬਰਾਂ ਭੇਜਤੀਆਂ ਤੇ ਅਗਲੇ ਦਿਨ ਜਸਪਾਲ ਸਿੰਘ ਸਿੱਧੂ ਕਹਿੰਦੇ ਆ ਵੀ ਮੈਂ ਹੈਰਾਨ ਰਹਿ ਗਿਆ ਕਿ KS ਤੋਮਰ ਨੇ ਹਿੰਦੁਸਤਾਨ ਟਾਈਮਜ਼ ਵਿੱਚ ਕੀ ਦਾ ਕੀ ਬਣਾ ਕੇ ਖਬਰ ਲਾਤੀ। ਮੈਂ ਉਹਦੇ ਕੋਲੇ ਗੁੱਸੇ 'ਚ ਗਿਆ ਤੇ ਮੈਂ ਉਹਨੂੰ ਪੁੱਛਿਆ ਵੀ ਇਹ ਤੂੰ ਕੀ ਊਲ ਜਰੂਲ ਲਿਖ ਦਿੱਤਾ, ਕਿੱਥੇ ਨੇ ਨਿਹੰਗ ਅਜੀਤ ਸਿੰਘ ਦੀਆਂ ਦੋ ਲੜਕੀਆਂ, ਤੂੰ ਲੜਕੀਆਂ ਵੀ ਫਰਜ਼ੀ ਖੜੀਆਂ ਕਰ ਦਿੱਤੀਆਂ ਤੇ ਫਰਜ਼ੀ ਡਾਇਲੌਗ ਵੀ ਉਹਦੇ ਕੋਲੋਂ ਬੁਲਵਾ ਦਿੱਤੇ ਤੇ ਹਮਲਾਵਰਾਂ ਬਾਰੇ ਕੌਣ ਕਹਿੰਦਾ ਕਿ ਵਾਰਦਾਤ ਤੋਂ ਪਹਿਲਾਂ ਉਹਨਾਂ ਨੇ ਸਵਾਰੀਆਂ ਨੂੰ ਲੁੱਟਿਆ ਸੀ। ਤੋਮਰ ਚੁੱਪ ਚਾਪ ਕਹਿੰਦਾ ਸਾਰਾ ਕੁਝ ਸੁਣਦਾ ਰਿਹਾ ਤੇ ਫਿਰ ਕਹਿੰਦਾ ਛੋੜ ਯਾਰ, ਖਬਰ ਨੂੰ ਤਿੱਖੀ ਬਣਾਉਣ ਦੇ ਚੱਕਰ ਵਿੱਚ ਮੇਰੇ ਕੋਲੋਂ ਕੁਝ ਮਸਾਲਾ ਜ਼ਿਆਦਾ ਪੈ ਗਿਆ, ਪਲੀਜ਼ ਇਸ ਬਾਰੇ ਦੂਜੇ ਪ੍ਰੈਸ ਵਾਲਿਆਂ ਕੋਲ ਭੰਡੀ ਪ੍ਰਚਾਰ ਨਾ ਕਰੀ। ਇਦਾਂ ਦੇ KS ਤੋਮਰ ਵਰਗੇ ਘੱਟੋ ਘੱਟ 500 ਪੱਤਰਕਾਰ ਪੰਜਾਬ ਦੇ ਵਿੱਚ ਇਸ ਫਿਰਕੂ ਭਾਂਬੜ ਨੂੰ ਇਹਦੇ ਵਿੱਚ ਹੋਰ ਜ਼ਿਆਦਾ ਲਾਂਬੂ ਲਾਉਣ ਨੂੰ ਜ਼ਿੰਮੇਵਾਰ ਨੇ।
ਜਿਹੜਾ ਪੰਜਾਬ ਤੋਂ ਬਾਹਰ ਬੈਠਾ ਬੰਦਾ ਸੀ ਉਹਨੂੰ ਐਂ ਲੱਗਣ ਲਾ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਤਾਂ ਸਿੱਖਾਂ ਦੇ ਨੌਜਵਾਨ ਜਿਹੜੇ ਬੱਚੇ ਨੇ ਮੁੰਡੇ ਨੇ ਉਹ ਹਿੰਦੂਆਂ ਦਾ ਬੜਾਂਗਾ ਕਰੀ ਜਾਂਦੇ ਨੇ, ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਬੇਪੱਤ ਕਰ ਰਹੇ ਨੇ। ਜਿੰਨਾ ਜ਼ਿਆਦਾ ਇਹਨਾਂ ਅਖਬਾਰਾਂ ਨੇ ਬਾਹਰਲੇ ਲੋਕਾਂ ਨੂੰ ਪੰਜਾਬ ਦੇ ਖਿਲਾਫ ਭੜਕਾਇਆ, ਜਿੰਨਾ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਬਦਨਾਮ ਕੀਤਾ, ਉਹਦੇ ਉੱਤੇ ਅੱਜ ਸਾਡਾ ਇੱਕ ਲੋਕਾਂ ਦੇ ਸਾਹਮਣੇ ਸੱਚ ਲਿਆਉਣ ਦਾ ਉਹ ਬਣਦਾ। ਅੱਜ ਸਾਡੇ ਬਹੁਤ ਸਾਰੇ ਲੋਕ ਰਿਸਰਚ ਕਰਦੇ ਆ। ਰਿਸਰਚ ਬਾਰੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਪਿੱਛੇ ਜੇ ਇੱਕ ਬੂਟਾ ਸਿੰਘ ਬੜਾ ਪਿੰਡ, ਸ਼ਾਇਦ ਉਹਦਾ ਨਾਂ ਬੜਾ ਪਿੰਡ ਬੂਟਾ ਸਿੰਘ, ਉਹਨੇ ਇੱਕ ਰਿਸਰਚ ਪੀ ਐਚ ਡੀ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਰਾਈਜ਼ ਐਂਡ ਫਾਲ ਆਫ ਖਾਲਿਸਤਾਨ ਮੂਵਮੈਂਟ। ਹੁਣ ਇੰਨਾ ਵਧੀਆ ਸਬਜੈਕਟ ਸੀਗਾ ਇਹ ਦੇਖਣ ਨੂੰ ਕੈਚੀ ਜਿਹਾ, ਨਹੀਂ ਉਹ ਚੀਜ਼ ਜਿਹੜੀ ਸੀ ਉਹ ਇੱਕਦਮ ਦਿਮਾਗ 'ਚ ਆਈ। ਗੁਰੂ ਇੱਥੇ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਮੈਂ ਬਾਹਰ ਨਿਕਲਿਆ, ਗੁਰੂ ਅਰਜਨ ਨਿਵਾਸ ਵਾਲੇ ਪਾਸੇ, ਸਰਾਵਾਂ ਵਾਲੇ ਪਾਸੇ ਬਾਹਰ ਇੱਕ ਕਿਤਾਬਾਂ ਦੀ ਦੁਕਾਨ ਤੇ ਮੈਂ ਉਹਨੂੰ ਦੇਖਿਆ, ਤੇ ਮੈਂ ਦੇਖਣ ਸਾਰ ਹੀ ਰਾਈਜ਼ ਐਂਡ ਫਾਲ ਆਫ ਖਾਲਿਸਤਾਨ ਮੂਵਮੈਂਟ ਕਿਤਾਬ ਜਿਹੜੀ ਸੀ ਉਹ ਖਰੀਦੀ ਤੇ ਛੇਤੀ ਦੇਣੇ ਆਦਤ ਆ ਜਿਵੇਂ ਵੀ ਇੱਕਦਮ ਪੜ੍ਹਨੀ ਸ਼ੁਰੂ ਕੀਤੀ। ਉਹ ਕਿਤਾਬ ਸਾਰੀ ਦੀ ਸਾਰੀ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਵਾਲੀਆਂ ਜਿਹੜੀਆਂ ਗੱਲਾਂ ਸੀ ਉਹਦੇ ਨਾਲ ਭਰੀ ਪਈ ਸੀ। ਉਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਸਿੱਖ ਜਥੇਬੰਦੀਆਂ ਨੂੰ, ਸਿੱਖ ਸ਼ਖਸੀਅਤਾਂ ਨੂੰ, ਸਿੱਖ ਨਿਸ਼ਾਨੇ ਨੂੰ, ਸਿੱਖਾਂ ਦੇ ਵਰਕਿੰਗ ਸਟਾਈਲ ਨੂੰ, ਹਰ ਚੀਜ਼ ਨੂੰ ਟਾਰਗੇਟ ਕਰਕੇ ਪੂਰਾ ਗਲਤ ਲਿਖਿਆ ਸੀ। ਤੇ ਉਹ ਜਿਵੇਂ ਹੁੰਦਾ ਬਈ ਉਹਨੂੰ ਹੇਠਾਂ ਜੀ ਵੀ ਆਹ ਫਲਾਣੇ ਥਾਂ ਤੋਂ ਲਈ ਆ ਗੱਲ, ਆ ਫਲਾਣੇ ਥਾਂ, ਮਤਲਬ ਕਿ ਉਸ ਕਿਤਾਬ ਵਾਲੇ ਨੇ ਇਹ ਰਿਸਰਚ ਕਰਨ ਲੱਗਿਆ ਇਸ ਸਟਰਗਲ ਦੇ ਬਾਰੇ ਨੈਗੇਟਿਵ ਚੀਜ਼ਾਂ ਇਕੱਠੀਆਂ ਕਰਕੇ ਛਾਪੀਆਂ। ਹੁਣ ਉਹ ਨੈਗੇਟਿਵ ਚੀਜ਼ਾਂ ਪਹਿਲਾਂ ਤਾਂ ਅਖਬਾਰਾਂ ਦੇ ਵਿੱਚ ਲਾਰੇ ਜਗਤ ਨਾਰਾਇਣ ਵਰਗਿਆਂ ਨੇ ਲਿਖੀਆਂ ਲਿਖਾਈਆਂ, ਪੱਤਰਕਾਰਾਂ ਨੇ ਚਾੜਤੀਆਂ, ਅੱਜ ਉਹਨਾਂ ਰਿਸਰਚ ਪੇਪਰਾਂ ਦੇ ਲਿਖਣ ਵਾਲੇ ਜਿਹੜੇ ਨੇ ਉਹਨਾਂ ਖਬਰਾਂ ਦੇ ਬਹਾਨੇ ਸਾਨੂੰ ਹੋਰ ਬਦਨਾਮ ਕਰਨ ਵਾਲੀਆਂ ਚੀਜ਼ਾਂ ਬਣਾ ਕੇ ਦੇ ਰਹੇ ਆ। ਰਾਈਜ਼ ਐਂਡ ਫਾਲ ਆਫ ਖਾਲਿਸਤਾਨ ਮੂਵਮੈਂਟ ਜਿਹੜੀ ਸੀ ਉਹਦਾ ਬੜੀ ਜਲਦੀ ਰੱਫੜ ਪੈ ਗਿਆ, ਅਖਬਾਰਾਂ 'ਚ ਚਰਚਾ ਛਿੜਪੀ, ਕਿਉਂਕਿ ਉਹ ਜਿਹੜੀ ਕਿਤਾਬ ਸੀ ਉਹਨੇ ਇੱਕ ਕੰਟਰੋਵਰਸੀ ਛੇੜ ਦਿੱਤੀ। ਅਖੀਰ ਬੂਟਾ ਸਿੰਘ ਬੜਾ ਪਿੰਡ ਨਾਲ ਮੈਨੂੰ ਵੀ ਮੁਲਾਕਾਤ, ਮੇਰੀ ਵੀ ਹੋਈ ਇੱਥੇ ਦਲ ਖਾਲਸਾ ਦਫ਼ਤਰ, ਉਹਨੂੰ ਅਸੀਂ ਬੁਲਾਇਆ ਤੇ ਇੱਥੇ ਉਦੋਂ ਤੱਕ ਉਹ ਸਪਸ਼ਟੀਕਰਨ ਦਿੰਦਾ ਫਿਰਦਾ ਸੀ। ਉਹਨੇ ਇਹ ਗੱਲ ਦੱਸੀ ਕਿ ਮੇਰੀ ਇਹ ਪੀ ਐਚ ਡੀ ਦਾ ਮੈਟਰ ਸੀਗਾ ਜਿਹੜਾ ਕਿ ਮੇਰੇ ਤੋਂ ਕੁਛ ਸਿੱਖ ਨੌਜਵਾਨਾਂ ਨੇ ਲੈ ਕੇ ਇਹਨੂੰ ਬੁੱਕ ਰੂਪ ਦੇ ਵਿੱਚ ਛਾਪ ਦਿੱਤਾ। ਮੈਂ ਖਾਲਿਸਤਾਨ ਸੰਘਰਸ਼ ਦੇ ਸ਼ਹੀਦ ਭਾਈ ਸਤਨਾਮ ਸਿੰਘ ਛੀਨਾ ਦੀ ਜੀਵਨੀ ਵੀ ਲਿਖੀ ਆ। ਮੈਂ ਕੋਈ ਐਂਟੀ ਸਿੱਖ ਨਹੀਂ ਹੈਗਾ, ਪਰ ਮੈਨੂੰ ਜਿਹੜਾ ਮੇਰਾ ਗਾਈਡ ਸੀ, ਜੋ ਕੁਝ ਮੈਨੂੰ ਉਹਨੇ ਲਿਖਣ ਲਈ ਮਟੀਰੀਅਲ ਦਿੱਤਾ ਉਹਦੇ ਹਿਸਾਬ ਦੇ ਨਾਲ ਇਹ ਚੀਜ਼ ਤਿਆਰ ਹੋਈ ਹੈ। ਤੇ ਉਹ ਇਸ ਗੱਲ ਨੂੰ ਮੰਨਦਾ ਸੀ ਕਿ ਵਾਕਿਆ ਹੀ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਸਿੱਖ ਮੁੰਡੇ ਤੋਂ ਇਹੋ ਜਿਹੀ ਚੀਜ਼ ਤਿਆਰ ਕਰਵਾ ਦਿੱਤੀ ਗਈ ਆ ਜਿਹੜੀ ਐਂਟੀ ਸਿੱਖ ਚੀਜ਼ਾਂ ਨਾਲ ਭਰੀ ਹੋਈ ਹੈ। ਇਦਾਂ ਦੀਆਂ ਹਰਕਤਾਂ ਇਸ ਵੇਲੇ ਵੱਡੇ ਲੈਵਲ ਤੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਜਿਹੜੇ ਸਿੱਖ ਸੰਘਰਸ਼ ਦੇ ਬਾਰੇ ਕੋਈ ਰਿਸਰਚ ਕਰਦੇ ਆ ਉਹਨਾਂ ਨੂੰ ਸਟੇਟ ਦੇ ਨਜ਼ਰੀਏ ਤੋਂ ਹੀ ਮਸਾਲਾ ਜਿਹੜਾ ਪ੍ਰੋਵਾਈਡ ਕੀਤਾ ਜਾਂਦਾ, ਉਹਨਾਂ ਨੂੰ ਉਹ ਕਿਤਾਬਾਂ ਉਹ ਲਿਖਤਾਂ ਨਹੀਂ ਹੱਥ ਲਾਉਣ ਦਿੰਦੇ ਗਾਈਡ ਜਿਨ੍ਹਾਂ ਤੋਂ ਇਸ ਮੂਵਮੈਂਟ ਦਾ ਚੰਗਾ ਪੱਖ ਸਾਹਮਣੇ ਆਉਂਦਾ ਹੋ। ਇੱਕ ਟੈਰਰ ਇਨ ਪੰਜਾਬ ਜਿਹੜੀ ਆ ਉਹ ਤਿੰਨ ਖੋਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੇ ਜਿਨ੍ਹਾਂ ਨੇ ਇਹਦੇ ਉੱਤੇ ਕੰਮ ਕਰਕੇ ਕਿਤਾਬ ਜਿਹੜੀ ਆ ਉਹ ਬਾਅਦ 'ਚ ਛਾਪੀ ਹੈ। ਉਹਦੇ ਵਿੱਚ ਵੀ ਬਹੁਤ ਬੇਦਰਦੀ ਨਾਲ, ਬੜੀ ਬੇਕਿਰਕੀ ਨਾਲ ਐਂਟੀ ਸਿੱਖ ਮਸਾਲਾ ਜਿਹੜਾ ਹੈਗਾ ਉਹ ਉਹਦੇ ਵਿੱਚ ਪਰੋਸਿਆ ਹੋਇਆ। ਇਹੋ ਜਿਹੀਆਂ ਲਿਖਤਾਂ ਅੱਜ ਕਿਤਾਬਾਂ ਦੇ ਰੂਪ 'ਚ ਬੜੀਆਂ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸਿੱਖਿਆ ਨੂੰ, ਉਸ ਸੰਘਰਸ਼ ਨੂੰ ਬਦਨਾਮ ਕਰਨ ਦਾ ਹੈ ਜਿਹੜਾ ਉਹ ਕੰਮ ਚੱਲ ਰਿਹਾ। ਪਹਿਲਾਂ ਤਾਂ ਉਦੋਂ ਅਖਬਾਰਾਂ ਦੇ ਵਿੱਚ ਇਹ ਚੀਜ਼ਾਂ ਦੇਤੀਆਂ, ਅੱਜ ਉਹਨਾਂ ਅਖਬਾਰਾਂ ਦੇ ਬਹਾਨੇ ਉਹਨਾਂ ਤੋਂ ਮਟੀਰੀਅਲ ਲੈ ਕੇ ਇਹ ਕਿਤਾਬਾਂ ਲਿਖੀਆਂ ਜਾਣ ਲੱਗ ਪਈਆਂ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੀ ਕੌਮ ਨੂੰ 1984 ਦੇ ਇਸ ਘੱਲੂਘਾਰੇ ਦੇ ਸੰਬੰਧ ਵਿੱਚ ਜਦੋਂ ਕੰਮ ਲਿਖਣ ਬੋਲਣ ਦਾ ਕਰਦੇ ਹਾਂ ਤਾਂ ਸਾਡੇ ਨੌਜਵਾਨਾਂ ਨੂੰ ਇਹ ਟਾਸਕ ਦੇਣਾ ਚਾਹੀਦਾ ਕਿ ਉਹਨਾਂ ਦਿਨਾਂ ਦੇ ਵਿੱਚ ਪੱਤਰਕਾਰੀ ਦੇ ਨਾਂ ਦੇ ਉੱਤੇ ਕਿਵੇਂ ਪੂਰਾ ਮਿੱਥ ਕੇ ਸਹੀ ਖਬਰ ਦੇਣ ਦੀ ਬਜਾਏ ਸਿੱਖੀ ਤੇ ਸਿੱਖਾਂ ਨੂੰ ਬਦਨਾਮ ਕਰਨ ਵਾਲੀਆਂ ਖਬਰਾਂ ਜਿਹੜੀਆਂ ਨੇ ਉਹ ਪੈਦਾ ਕਰਕੇ ਘੜ ਕੇ ਕਾਲਪਨਿਕ ਗੱਪਾਂ ਦੇ ਸਹਾਰੇ ਵੀ ਮਾੜਾ ਜਿਹਾ ਜੀ ਮਸਾਲਾ ਜ਼ਿਆਦਾ ਪੈ ਗਿਆ ਇੰਨਾ ਕਹਿ ਕੇ ਸਾਰ ਦਿੰਦੇ ਰਹੇ ਆ। ਬੜੀ ਵੱਡੀਆਂ ਇਸ ਤਰੀਕੇ ਦੀਆਂ ਘਟਨਾਵਾਂ ਨੇ, ਉਹ ਸਾਡੇ ਬੰਦਿਆਂ ਨੇ ਉਹਨਾਂ ਦਿਨਾਂ ਦੇ ਵਿੱਚ ਇਹਦਾ ਬੜਾ ਵਿਰੋਧ ਕੀਤਾ।
संत ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਕਰੀਰਾਂ ਸੁਣ ਲਓ, ਬਾਰ ਬਾਰ ਇਹ ਗੱਲ ਕਹਿੰਦੇ ਆ ਕਿ ਜੋ ਕੁਝ ਮੈਂ ਮੀਡੀਆ ਨੂੰ ਕਹਿਣਾ ਉਹ ਇਹ ਛਾਪਦੇ ਨਹੀਂ ਤੇ ਜਿਹੜਾ ਕੁਝ ਮੈਂ ਕਿਹਾ ਹੀ ਨਹੀਂ ਹੁੰਦਾ ਉਹ ਉੱਥੇ ਛਪਿਆ ਹੁੰਦਾ। ਉਹ ਇਹ ਜਿਹੜੀ ਸਾਡੇ ਨਾਲ ਇੱਕ ਖੇਡ ਖੇਡੀ ਗਈ ਆ ਮੀਡੀਆ ਰਾਹੀਂ, ਇਹ ਅੱਜ ਵੀ ਜਾਰੀ ਆ। ਅੱਜ ਵੀ ਟੈਲੀਵਿਜ਼ਨ ਚੈਨਲਾਂ ਰਾਹੀਂ, ਲਿਖਤਾਂ ਰਾਹੀਂ, ਕਿਤਾਬਾਂ ਰਾਹੀਂ ਸਾਨੂੰ ਟਾਰਗੇਟ ਕਰਕੇ ਇਹ ਸਾਡਾ ਸਾਡੇ ਖਿਲਾਫ਼ ਭੰਡੀ ਪ੍ਰਚਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ। ਇਹ ਸਾਰੀ ਗੱਲਬਾਤ ਕਰਨ ਦਾ ਜਦੋਂ ਅੱਜ ਅਸੀਂ ਇਹ ਏਜੰਡਾ ਇਹ ਅਸੀਂ ਸੋਚਿਆ ਕਿ ਮੈਂ ਇਸ ਨੁਕਤੇ ਤੇ ਗੱਲ ਕਰਾਂਗਾ ਤਾਂ ਮੇਰੇ ਜ਼ਿਹਨ ਵਿੱਚ ਉਹ ਸਾਰੀਆਂ ਕਿਤਾਬਾਂ ਸੀ ਜਿਹੜੀਆਂ ਕਿ ਬੜੀ ਖੂਬਸੂਰਤੀ ਦੇ ਨਾਲ ਇਉਂ ਸਾਡੇ ਸਾਹਮਣੇ ਸੁੱਟੀਆਂ ਗਈਆਂ ਬਈ ਅਸੀਂ ਉਹਨਾਂ ਨੂੰ ਸੱਚ ਮੰਨ ਬੈਠੀਏ। ਮਰੋਲਾ ਕ੍ਰਿਸ਼ਨ ਧਰ ਬੜਾ ਵੱਡਾ ਜੁਆਇੰਟ ਜਿਹੜਾ ਅਫਸਰ ਉਹ ਰਿਹਾ IB ਦਾ ਤੇ ਰਾ ਦਾ ਤੇ ਹੋਰ ਕਈ ਏਜੰਸੀਆਂ 'ਚ ਉਹਨੇ ਕੰਮ ਕੀਤਾ। ਇਵੇਂ ਹੀ ਦੁੱਲਟ ਆ ਇਸ ਦੁੱਲਟ ਉਹਦੀ ਕਿਤਾਬ ਆਈ ਹੋਈ ਆ ਕਸ਼ਮੀਰ। ਇਵੇਂ ਹੀ ਆ ਜਿਹੜਾ ਰਾ ਦਾ ਇੱਕ ਹੁਣ ਰਿਟਾਇਰ ਹੋਇਆ ਅਫਸਰ ਉਹਨੇ ਕਿਤਾਬ ਲਿਖੀ ਆ ਤੇ ਇਹ ਜਿੰਨੀਆਂ ਕਿਤਾਬਾਂ ਨੇ ਜਿਵੇਂ ਡਾਕਟਰ ਸੰਗਤ ਸਿੰਘ ਵਾਲੀ ਆ ਇਹ ਸਾਰੇ ਕਰਦੇ ਕੀ ਆ ਕਿ ਕਾਫੀ ਜ਼ਿਆਦਾ ਪਹਿਲਾਂ ਮਟੀਰੀਅਲ ਇਹੋ ਜਿਹਾ ਲਿਖਦੇ ਆ ਜਿਹਦੇ ਨਾਲ ਸਾਡਾ ਭਰੋਸਾ ਵੱਧ ਜਾਂਦਾ ਕਿ ਲਿਖਤ ਜਿਹੜੀ ਆ ਇਹ ਪੜ੍ਹਨ ਯੋਗ ਆ, ਇਹ ਬੜੀ ਭਰੋਸੇਯੋਗ ਲਿਖਤ ਵਾ। ਪਰ ਅਸਲ ਵਿੱਚ ਕਹਾਣੀ ਕੁਝ ਹੋਰ ਹੁੰਦੀ ਆ। ਹੌਲੀ ਹੌਲੀ ਪਤਾ ਹੀ ਨਹੀਂ ਲੱਗਦਾ ਕਦੋਂ ਉਹ ਬੰਦਾ ਸਾਨੂੰ ਕਾਬੂ ਕਰ ਲੈਂਦਾ, ਸਾਡੇ ਮਾਇੰਡ ਨੂੰ ਕਾਬੂ ਕਰਨ ਤੋਂ ਬਾਅਦ ਫਿਰ ਉਹਦੇ ਵਿੱਚ ਉਹ ਕੁਛ ਪਾਉਂਦਾ ਆਪਦੀ ਲਿਖਤ ਨਾਲ ਜਿਹੜਾ ਝੂਠਾ ਹੁੰਦਾ, ਗਲਤ ਹੁੰਦਾ। ਤੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਦਮਦਮੀ ਟਕਸਾਲ ਨੂੰ, ਅਖੰਡ ਕੀਰਤਨੀ ਜਥੇ ਨੂੰ, ਹੋਰ ਜੁਝਾਰੂਆਂ ਨੂੰ ਤੇ ਸਿੱਖ ਕੌਮ ਦੀਆਂ ਜਥੇਬੰਦੀਆਂ ਨੂੰ ਨੈਗੇਟਿਵ ਸ਼ੇਡ ਵਿੱਚ ਨਾ ਵਾਚਕ ਸਰੂਪ ਵਿੱਚ ਪੇਸ਼ ਕਰਨ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਉਹਦੇ ਉੱਤੇ ਸਾਡੇ ਜਿਹੜੇ ਭਾਈਚਾਰੇ ਦੇ ਲੋਕ ਨੇ ਉਹਨਾਂ ਦਾ ਜਿੰਨਾ ਧਿਆਨ ਹੋਣਾ ਚਾਹੀਦਾ ਉਹਨਾਂ ਹੈ ਨਹੀਂ। ਇਸ ਵੇਲੇ ਇੱਕ ਗੱਲ ਬੜੀ ਚੰਗੀ ਵਾਪਰ ਗਈ, ਜਿਵੇਂ ਕੋਈ ਫਲਦਾਰ ਬਿਰਛ ਹੋਵੇ, ਦਰਖਤ ਹੋਵੇ, ਬੜੇ ਚੰਗੇ ਉਹਨੂੰ ਫਲ ਤੇ ਫੁੱਲ ਲੱਗਦੇ ਹੋਣ ਤੇ ਉਹਨੂੰ ਉਹਦੇ ਜਿਹੜੇ ਸ਼ਰੀਕ ਨੇ, ਵਿਰੋਧੀ ਨੇ ਲੋਕ ਉਹ ਦਰਖਤ ਨੂੰ ਖਤਮ ਕਰਨਾ ਚਾਹੁੰਦੇ ਹੋਣ ਤੇ ਕੋਈ ਇਹੋ ਜਿਹਾ ਝੱਖੜ ਨੇਰੀ ਆ ਜਾਵੇ, ਉਹ ਦੁਸ਼ਮਣ ਬੜੇ ਖੁਸ਼ ਹੋਣ ਕਿ ਲੈ ਵੀ ਇਹਦੀਆਂ ਟਾਹਣੀਆਂ ਟੂਹਣੀਆਂ ਟੁੱਟ ਜਾਣੀਆਂ ਨੇ ਤੇ ਆਪਾਂ ਇਹਦਾ ਬਾਲਣ ਬਣਾ ਕੇ ਫੂਕ ਦੇਵਾਂਗੇ, ਪਰ ਕਹਾਣੀ ਕੁਝ ਹੋਰ ਹੀ ਬਣ ਜੇ। ਉਹ ਜਿਹੜੇ ਫਲ ਅਤੇ ਫੁੱਲ ਸੀ ਉਹ ਟੁੱਟ ਕੇ ਸਾਰੇ ਆਸੇ ਪਾਸੇ ਇੰਨੀ ਦੂਰ ਤੱਕ ਖਿੰਡ ਗਏ ਕਿ ਉਹ ਜਿਹੜਾ ਫਲ ਅਤੇ ਫੁੱਲ ਸੀ ਉਹਨਾਂ ਤੋਂ ਸਾਰੇ ਪਾਸੇ ਉਹ ਦਰਖਤ ਜਿਹੜੇ ਆ ਉਹਦੇ ਵਰਗੇ ਹੋਰ ਬਹੁਤ ਸਾਰੇ ਦਰਖਤ ਪੈਦਾ ਹੋ ਗਏ। ਇਵੇਂ ਦਾ ਭਾਣਾ ਹੀ ਕੁਛ ਸਾਡੇ ਨਾਲ ਵਾਪਰ ਰਿਹਾ। ਜੂਨ 1984 ਨੂੰ ਸਾਡੇ ਉੱਤੇ ਜੋ ਕਹਿਰ ਢਾਇਆ ਗਿਆ, ਨਵੰਬਰ 84 ਨੂੰ ਜੋ ਕਹਿਰ ਢਾਇਆ ਗਿਆ, ਉਦੋਂ ਬਾਅਦ ਵਿੱਚ ਸਿੱਖਾਂ ਦੀ ਜਦੋਂ ਨਸ਼ਲਕੁਸ਼ੀ ਹੋ ਰਹੀ ਸੀ, ਜਾਨਾਂ ਬਚਾਉਣ ਦੇ ਲਈ ਬਹੁਤ ਸਾਰੇ ਸਾਡੇ ਭਾਈਚਾਰੇ ਦੇ ਲੋਕ ਵਿਦੇਸ਼ਾਂ ਨੂੰ ਭੱਜ ਗਏ। ਉਹਨਾਂ ਨੇ ਉੱਥੇ ਜਾ ਕੇ ਮਿਹਨਤਾਂ ਕੀਤੀਆਂ, ਉੱਥੋਂ ਦੀਆਂ ਸਰਕਾਰਾਂ ਨੇ ਸ਼ਰਨ ਦੇ ਦਿੱਤੀ। ਨਤੀਜਾ ਇਹ ਨਿਕਲਿਆ ਕਿ ਉਹਨਾਂ ਨੇ ਫਿਰ ਆਪਦੀਆਂ ਅਗਲੀਆਂ ਪੁਸ਼ਤਾਂ ਨੂੰ, ਪੁੱਤ ਭਤੀਜਿਆਂ ਨੂੰ, ਕਿਸੇ ਨੂੰ 2 ਨੰਬਰ 'ਚ, ਕਿਸੇ ਨੂੰ 1 ਨੰਬਰ 'ਚ ਸੱਦ ਸੱਦ ਕੇ ਸਾਰੇ ਬਾਹਰਲੇ ਮੁਲਕਾਂ ਦੇ ਵਿੱਚ, ਕੈਨੇਡਾ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ ਵਗੈਰਾ ਦੇ ਵਿੱਚ ਉੱਥੇ ਹੋਰ ਸਿੱਖ ਭਾਈਚਾਰੇ ਦੀ ਆਬਾਦੀ ਵਧੀ। ਹੁਣ ਇਸ ਵੇਲੇ ਸਾਰੇ ਹੀ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਚੰਗੀ ਗਿਣਤੀ ਹਰ ਮੁਲਕ ਵਿੱਚ ਹੈਗੀ ਆ ਜਿੱਥੇ ਸਾਡੇ ਭਾਈਚਾਰੇ ਦਾ ਜਿਹੜਾ ਇੱਥੇ ਬੀਜ ਨਾਸ਼ ਕਰਨਾ ਚਾਹੁੰਦੇ ਸੀ ਇੰਡੀਅਨ ਸਟੇਟ ਵਾਲੇ, ਉਹ ਗੱਲ ਤਾਂ ਕੀ ਵਾਪਰਨੀ ਸੀ, ਉਲਟਾ ਅਸੀਂ ਸਾਰੇ ਪਾਸੇ ਛਾਏ ਹੋਏ ਹਾਂ। ਹਰ ਰੋਜ਼ ਤਰੱਕੀਆਂ ਕਰ ਰਹੇ ਹਾਂ, ਹਰ ਰੋਜ਼ ਬੱਲੇ ਬੱਲੇ ਹੋ ਰਹੀ ਆ ਤੇ ਅਸੀਂ ਆਪਦੀ ਮਿਹਨਤ ਦੇ ਨਾਲ, ਆਪਦੀ ਲਿਆਕਤ ਦੇ ਨਾਲ ਲੋਕਾਂ ਦੇ ਵਿੱਚ ਸਾਡੀ ਜਿਹੜੀ ਚੜ੍ਹਤ ਵਾ ਉਹ ਬਰਕਰਾਰ ਹੋ ਰਹੀ ਆ। ਇਹਦੀ ਤਕਲੀਫ ਤਾਂ ਬੜੀ ਆ ਕਿ ਜਿਹਨਾਂ ਨੂੰ ਅਸੀਂ ਇੱਥੇ ਖਤਮ ਕਰ ਦੇਣਾ ਸੀ, ਜਿਹਨਾਂ ਦੀ ਅਸੀਂ ਬੀਜ ਨਾਸ਼ ਕਰ ਦੇਣਾ ਸੀ, ਵੀ ਇਹ ਸਾਰੇ ਸੰਸਾਰ ਦੇ ਵਿੱਚ ਤਰੱਕੀਆਂ ਕਰਦੇ ਫਿਰਦੇ ਆ, ਤਕਲੀਫ ਤਾਂ ਹੋਣੀ ਹੀ ਸੀ ਜਦੋਂ ਜਿਹੜੇ ਕੈਨੇਡਾ ਵਰਗੇ ਮੁਲਕ ਦੇ ਵਿੱਚ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਉੱਥੋਂ ਦੀ ਸਿਆਸਤ ਵਿੱਚ ਚੋਟੀ ਦੀਆਂ ਜਿਹੜੀਆਂ ਪੋਸਟਾਂ ਨੇ ਉਹਦੇ ਉੱਤੇ ਪਹੁੰਚੇ ਫਿਰਦੇ ਹੁਣ ਸਿੱਖ, ਤਕਲੀਫ ਤਾਂ ਹੋਏਗੀ ਹੋਈ। ਪਰ ਇਸ ਮੌਕੇ ਇਹ ਜਿਹੜਾ ਭਾਈਚਾਰਾ ਦੂਜੇ ਮੁਲਕਾਂ 'ਚ ਗਿਆ ਬਹੁਤ ਕੰਮ ਕਰਦਾ, ਬੜੇ ਚੰਗੇ ਕੰਮ ਕਰਦਾ, ਜਿਹਦੇ ਨਾਲ ਸਾਡਾ ਆਲ ਓਵਰ ਅਕਸ ਜਿਹੜਾ ਹੈ ਉਹਨੂੰ
ਹੋਰ ਜ਼ਿਆਦਾ ਬੁਲੰਦੀ ਮਿਲਦੀ ਆ। ਉਹਦੇ ਲਈ ਧੰਨਵਾਦ ਕਰੀਏ ਅਕਾਲ ਪੁਰਖ ਬਿਰਨੂ ਦਾ ਸ਼ੁਕਰ ਗੁਜ਼ਾਰ ਹਾਂ। ਪਰ ਇੱਕ ਕੰਮ ਜਿਹੜਾ ਹੈਗਾ ਉਹ ਜ਼ਰੂਰ ਕਰਨ ਕਿ ਜਿਹੜਾ 1978 ਤੋਂ ਸਾਨੂੰ ਬਦਨਾਮ ਕੀਤਾ ਗਿਆ ਉਹਦੇ ਬਾਰੇ ਇੱਥੇ ਪੰਜਾਬ ਦੇ ਅਖਬਾਰਾਂ ਮੀਡੀਆ ਮੈਗਜ਼ੀਨਾਂ ਦੇ ਮੁਕਾਬਲੇ ਦੇ ਉੱਤੇ ਇੱਕ ਸਾਨੂੰ ਕੋਈ ਇਹੋ ਜਿਹਾ ਢੰਗ ਤਰੀਕਾ ਲੱਭ ਕੇ ਸਾਹਮਣੇ ਗੱਲ ਲਿਆਉਣੀ ਚਾਹੀਦੀ ਆ ਕਿ ਆਹ ਸਾਰੀਆਂ ਗੱਲਾਂ ਝੂਠੀਆਂ ਸੀ, ਆਹ ਸਾਰੀਆਂ ਗੱਲਾਂ ਗਲਤ ਸੀ, ਇਹ ਗੱਲਾਂ ਸਾਨੂੰ ਸਿਰਫ ਦੁਨੀਆ 'ਚ ਬਦਨਾਮ ਕਰਨ ਲਈ ਸਾਡੇ ਫਿਰਕੂ ਲਾਂਭੂ ਲਾਉਣ ਲਈ ਇਹ ਮੀਡੀਆ ਨੇ ਕੀਤੀਆਂ। ਤੋ ਇਹਦੇ ਵਿੱਚ ਜਿਵੇਂ 1984 ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਣ ਲਈ, ਜੂਨ 84 ਦੇ ਘਟਨਾਕ੍ਰਮ ਨੂੰ ਜਾਇਜ਼ ਠਹਿਰਾਉਣ ਲਈ, ਸਿੱਖ ਸੰਘਰਸ਼ ਦੇ ਜਿਹੜੇ ਵਿੱਚ ਯੋਧਿਆਂ ਨੂੰ, ਸ਼ਹੀਦਾਂ ਨੂੰ ਇੱਥੇ ਇੰਨੇ ਵੱਡੇ ਟੌਰਚਰ ਝੱਲਣੇ ਪਏ, ਇਹ ਸਾਰਾ ਕੁਝ ਜਿਹੜਾ ਹੋਇਆ ਇਹਨੂੰ ਇੰਨਾ ਜ਼ਿਆਦਾ ਹੋਇਆ ਵੀ ਸਾਡੇ ਆਪਦੀ ਕੌਮ ਦੇ ਬਹੁਤ ਸਾਰੇ ਲੋਕ ਉਹਦੇ ਉਹਨੂੰ ਸੱਚ ਮੰਨੀ ਬੈਠੇ। ਸਮੱਸਿਆ ਇਹ ਆ ਕਿ ਇਸ ਵੇਲੇ ਕਈ ਵੱਡੀਆਂ ਆਪਦੇ ਆਪ ਨੂੰ ਮਹਾਨ ਸ਼ਖਸੀਅਤਾਂ ਸਮਝਣ ਵਾਲੇ, ਬੜੇ ਲਿਆਕਤ ਵਾਲੇ, ਬੜੇ ਸੂਝਵਾਨ ਸਮਝਣ ਵਾਲੇ ਵੀ ਸਾਰੇ ਧਰਤੀ ਉੱਤੇ ਸਭ ਤੋਂ ਵਧੀਆ ਕਿਸਮ ਦੇ ਸਿੱਖ ਅਸੀਂ ਹਾਂ, ਜਾਂ ਜਿਹੜੇ ਇਹ ਕਹਿੰਦੇ ਆ ਕਿ ਸਭ ਤੋਂ ਸਿਆਣੇ ਸਿੱਖ ਅਸੀਂ ਹਾਂ, ਉਹਨਾਂ ਨੇ ਇਸ ਸਾਰੇ ਕਾਸੇ ਦੇ ਆਧਾਰ ਦੇ ਉੱਤੇ ਜੋ ਉਹਦੇ ਖਾਨੇ 'ਚ ਦਿਮਾਗ 'ਚ ਗੱਲ ਫਿੱਟ ਹੋਈ ਹੋਈ ਆ ਉਹਦੇ ਆਧਾਰ ਦੇ ਉੱਤੇ ਉਹ ਸਿੱਖਾਂ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰੀ ਰੱਖਦੇ। ਜਦੋਂ ਵੀ ਗੱਲ ਚੱਲਦੀ ਆ ਉਹ ਜੂਨ 84 ਲਈ ਜਾਂ ਨਵੰਬਰ 84 ਲਈ ਜਾਂ 1994 ਤੱਕ ਜੋ ਸਾਡਾ ਕਹਾਣ ਹੋਇਆ ਉਹਦੇ ਲਈ ਸਿੱਖਾਂ ਨੂੰ ਦੋਸ਼ੀ ਗਰਦਾਨ ਦਿੰਦੇ ਆ। ਉਹ ਬੜੀ ਮਿਹਨਤ ਕਰਦੇ ਆ, ਦਿਨ ਰਾਤ ਵਿਚਾਰੇ ਲੱਗੇ ਰਹਿੰਦੇ ਨੇ ਤੇ ਉਹ ਸਿੱਖਾਂ ਨੂੰ ਅੱਜ ਵੀ ਪੰਗੇਬਾਜ਼, ਲੜਾਕੇ, ਬੇਅਕਲ ਤੇ ਸਿੱਖਾਂ ਦੇ ਜਿਹੜੇ ਦੋਖੀ ਨੇ ਉਹਨਾਂ ਨੂੰ ਕਹਿੰਦੇ ਉਹ ਤਾਂ ਬੜੇ ਬੀਬੇ ਬਾਲਕ ਆ, ਉਹ ਤਾਂ ਬੜੇ ਸਾਊ ਨੇ, ਬੜੇ ਸਿਵਲਾਈਜ਼ਡ ਲੋਕ ਨੇ। ਉਹ ਇਸ ਤਰੀਕੇ ਨਾਲ ਸਿੱਖਾਂ ਦੇ ਖਿਲਾਫ ਤੇ ਸਿੱਖਾਂ ਦੇ ਦੁਸ਼ਮਣਾਂ ਦੇ ਹੱਕ ਵਿੱਚ ਭੁਗਤਣ ਵਾਲੇ, ਚਾਹੇ ਇਹਨਾਂ ਨੂੰ ਕਹਾੜੇ ਦਾ ਦਸਤਾ ਕਹਿ ਲਓ, ਚਾਹੇ ਇਹਨਾਂ ਨੂੰ ਮਿਸਗਾਈਡਡ ਹੋਏ ਕਹਿ ਲਓ, ਚਾਹੇ ਇਹਨਾਂ ਨੂੰ ਜੋ ਕੋਈ ਹੋਰ ਸ਼ਬਦ ਦੇਣਾ ਉਹ ਦੇ ਲਓ, ਪਰ ਇਹਨਾਂ ਲੋਕਾਂ ਨੇ ਇਸ ਵੇਲੇ ਵੀ ਉਹੀ ਕੂੜ ਪ੍ਰਚਾਰ ਜਿਹੜਾ ਉਦੋਂ ਲਾੜੇ ਜਗਤ ਨਰੈਣ ਦੇ ਜਗਵੜੀ ਨੇ, ਕਾਮਰੇਡਾਂ ਨੇ, ਹੋਰ ਜਿਹੜੇ ਮੀਡੀਆ ਦੇ ਸਾਧਨ ਸੀ ਉਹਨਾਂ ਨੇ ਕੀਤਾ, ਅੱਜ ਵੀ ਉਹ ਸਿੱਖ ਜਵਾਨੀ ਨੂੰ ਗੁਮਰਾਹ ਕਰ ਰਹੇ ਨੇ। ਉਹ ਸਿੱਖ ਜਵਾਨੀ ਨੂੰ ਇਹ ਸਮਝਾ ਰਹੇ ਨੇ ਕਿ ਇਹ ਜਿਹੜੇ ਸਿੱਖ ਕੌਮ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਨੇ, ਇਹ ਜਿਹੜੇ ਸਿੱਖ ਹਿੱਤਾਂ ਦੀ ਗੱਲ ਕਰਨ ਵਾਲੇ ਲੋਕ ਨੇ, ਇਹ ਆਏ ਨੇ ਉਹ ਬੋਹ ਨੇ, ਇਹ ਤਾਂ ਜੀ ਬੜੇ ਮਾੜੇ ਨੇ, ਜਿੰਨਾ ਕੂੜ ਪ੍ਰਚਾਰ ਉਹ ਕਰ ਸਕਦੇ ਆ ਉਹ ਕਰਦੇ ਆ। ਹੁਣ ਇਹਨਾਂ ਵਿੱਚੋਂ ਪਤਾ ਨਹੀਂ ਕਿਹੜਾ ਮਿਥ ਕੇ ਕਰਦਾ ਤੇ ਪਤਾ ਨਹੀਂ ਕਿਹੜਾ ਭਰਮਾਇਆ ਹੋਇਆ ਕਰਦਾ, ਪਰ ਇਹ ਸਾਡੀ ਕੌਮ ਦੇ ਹਿੱਤਾਂ ਲਈ ਬੜਾ ਖਤਰਨਾਕ ਆ। ਸੋ ਜਿਹੜਾ ਪਿਛਲੇ ਦੌਰ ਵਿੱਚ ਮੀਡੀਆ ਨੇ ਇਹ ਚੀਜ਼ਾਂ ਸਥਾਪਿਤ ਕੀਤੀਆਂ ਉਹਦੇ ਟਰੈਕ ਦੇ ਵਿੱਚੋਂ, ਸੋਰੀ ਟਰੈਪ ਦੇ ਵਿੱਚੋਂ, ਜਾਲ ਦੇ ਵਿੱਚੋਂ ਜਿੱਥੇ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਨਿਕਲ ਆਇਆ, ਉੱਥੇ ਸਾਡੀ ਕੌਮ ਦਾ ਜਿਹੜਾ ਆਹ ਹਿੱਸਾ ਜਿਹਨੂੰ ਮੈਂ ਕਹਿੰਦਾ ਕਹਾੜੇ ਦਾ ਦਸਤਾ ਹੀ ਬਣੇ ਫਿਰਦੇ। ਜੇਕਰ ਗੁਰੂ ਸਾਹਿਬਾਨ ਵੀ ਆ ਕੇ ਸਮਝਾਉਣ ਵੀ ਇਹ ਉਹਨੀ ਗੱਲ ਇੰਜ ਹੋਈ ਸੀ ਤਾਂ ਵੀ ਸ਼ਾਇਦ ਨਾ ਮੰਨਣ। ਸੋ ਇਹਨਾਂ ਲੋਕਾਂ ਨੂੰ ਕਿਸ ਤਰੀਕੇ ਨਾਲ ਕਾਇਲ ਕੀਤਾ ਜਾਵੇ, ਇਹਨਾਂ ਦੇ ਕੂੜ ਪ੍ਰਚਾਰ ਦਾ ਕੀ ਇਲਾਜ ਕੀਤਾ ਜਾਵੇ, ਇਹਦੇ ਬਾਰੇ ਵੀ ਕੌਮ ਨੂੰ ਸੋਚਣਾ ਚਾਹੀਦਾ। ਮੋਟੇ ਤੌਰ ਦੇ ਉੱਤੇ ਸਾਨੂੰ 1978 ਤੋਂ ਮੀਡੀਆ ਰਾਹੀਂ ਕਿਵੇਂ ਬਦਨਾਮ ਕੀਤਾ ਗਿਆ, ਕਿਵੇਂ ਸਾਡੇ ਸੰਘਰਸ਼ ਨੂੰ, ਸਾਡੀ ਲਹਿਰ ਨੂੰ, ਸਾਡੇ ਸਾਰੇ ਕਾਸੇ ਨੂੰ ਭੰਡੀ ਪ੍ਰਚਾਰ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਗਲਤ ਅਕਸ ਬਿਠਾਇਆ ਗਿਆ, ਉਹਦੇ ਬਾਰੇ ਕੰਮ ਕਰਨ ਦੀ ਲੋੜ ਆ। ਦੂਜਾ, ਜਿਹੜੇ ਲੋਕ ਆਪਦੇ ਆਪ ਨੂੰ ਖੱਬੀ ਖਾਨ ਸਮਝਦੇ ਹੋਏ ਵੀ ਉਸ ਕੂੜ ਪ੍ਰਚਾਰ ਨੂੰ ਅੱਜ ਵੀ ਪ੍ਰਚਾਰ ਰਹੇ ਨੇ ਤੇ ਉੱਪਰੋਂ ਕਲੇਮ ਵੀ ਇਹ ਕਰਦੇ ਆ ਕਿ ਅਸੀਂ ਸਿੱਖੀ ਦੇ ਬੜੇ, ਸਿੱਖਾਂ ਦੇ ਬੜੇ ਵੱਡੇ ਜਿਹੜੇ ਹੈਗੇ ਆ ਰਹਿਬਰ ਆ, ਸਾਡੇ ਅਸੀਂ ਬੜਾ ਚਿੰਤਾ ਤਾਂ ਜੀ, ਅਸੀਂ ਤਾਂ ਇਹ ਜੀ ਹਿੰਸਕ ਨੇ, ਪੰਡਗੇਬਾਜ਼ ਨੇ, ਬੜਾ ਮਾੜੇ ਆ। ਉਹ ਇਹਨਾਂ ਲੋਕਾਂ ਦਾ ਸਾਨੂੰ ਕੋਈ ਇਲਾਜ ਕਰਨਾ ਪਊਗਾ, ਕੋਈ ਇਹਨਾਂ ਦੇ ਬਾਰੇ ਰਾਇ ਬਣਾਉਣੀ ਪਊਗੀ। ਇਹ ਏਦਾਂ ਨਹੀਂ ਚੱਲਿਆ ਜਾ ਸਕਦਾ ਕਿ ਚਲੋ ਜੀ ਛੱਡੋ ਪਰੇ, ਇਹ ਚੀਜ਼ ਦੇ ਨਾਲ ਸਾਡਾ ਨੁਕਸਾਨ ਹੋ ਰਿਹਾ ਕਿਉਂਕਿ ਜਿਹੜੀ ਸਿੱਖ ਜਵਾਨੀ ਆ ਉਹਨੂੰ ਭਰਮ ਪਾਇਆ ਜਾ ਰਿਹਾ। ਜਿਹਨਾਂ ਲੋਕਾਂ ਨੂੰ ਅਸੀਂ ਨਾਇਕ ਮੰਨ ਕੇ ਉਹਨਾਂ ਦੇ ਦਿਨ ਤਿਉਹਾਰ ਮਨਾਉਂਦੇ ਹਾਂ, ਉਹਨਾਂ ਨੂੰ ਇਹ ਲੋਕ ਖਲਨਾਇਕ ਜਿਹੜਾ ਹੈਗਾ ਗਰਦਾਨਣ ਤੇ ਤੁਲੇ ਹੋਏ ਨੇ, ਇਹ ਚੀਜ਼ ਬਰਦਾਸ਼ਤ ਨਹੀਂ ਹੋ ਸਕਦੀ। ਸੋ ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ।
ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣ ਯੋਗ ਹੈ। ਫਤਿਹ ਅਰਜ ਕਰਦੇ ਹਾਂ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।